ਵਕਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਫੈਸਲਾ ਦੇਸ਼ ਦਾ ਹੀ ਤੁਹਾਨੂੰ ਲਗਾਤਾਰ ਦੱਸ ਰਿਹਾ ਤਾਂ ਦੱਸ ਦਈਏ ਪੰਜਾਬ ਦੀ ਅਪਡੇਟ ਗੁਰਜੀਤ ਸਿੰਘ ਔਜਲਾ ਅੱਗੇ ਚੱਲਦੇ ਪਏ ਅੰਮ੍ਰਿਤਸਰ ਤੋਂ ਮਨੀਸ਼ ਤਿਵਾੜੀ ਆਨੰਦਪੁਰ ਸਾਹਿਬ ਤੋਂ ਅੱਗੇ ਚੱਲਦੇ ਪਏ ਆ ਬਠਿੰਡਾ ਤੋਂ ਹਰਸਿਓ ਤੋਂ ਬਾਅਦ 926 ਵੋਟਾਂ ਨਾਲ ਅੱਗੇ ਆ ਮੁਹੰਮਦ ਸਦੀਕ ਫਰੀਦਕੋਟ ਤੋਂ ਜਿਹੜਾ ਰਾਖਵਾਂ ਹਲਕਾ ਜਿੱਥੋਂ ਬਾਦਲਾਂ ਦੀ ਸਿਆਸਤ ਸ਼ੁਰੂ ਹੁੰਦੀ ਹੈ 588 ਵੋਟਾਂ ਨਾਲ ਕਾਂਗਰਸ ਦਾ ਕੈਂਡੀਡੇਟ ਮੁਹੰਮਦ ਸਦੀਕ ਅੱਗੇ ਚੱਲ ਰਿਹਾ ਅਤੇ ਇੱਥੇ ਸਨੀ ਦਿਓਲ ਅੱਗੇ ਚੱਲਦੇ ਪਏ 1467 ਵੋਟਾਂ ਨਾਲ ਸੋਮ ਪ੍ਰਕਾਸ਼ ਜਿਹੜੇ ਸਾਬਕਾ ਆਈਐਸ ਨੇ ਬੀਜੇਪੀ ਵੱਲੋਂ ਉਹ 2430 ਵੋਟਾਂ ਨਾਲ ਅੱਗੇ ਚੱਲਦੇ ਪਏ ਡਾਕਟਰ ਰਾਜ ਕੁਮਾਰ ਚੱਬੇਵਾਲ ਤੋਂ ਅੱਗੇ ਹੋ ਗਏ ਨੇ ਸੰਤੋਖ ਸਿੰਘ ਚੌਧਰੀ ਅੱਗੇ ਚੱਲਦੇ ਪਏ ਜਲੰਧਰ ਤੋਂ ਜਲੰਧਰ ਰਾਖਵਾਂ ਹਲਕਾ ਖਡੂਰ ਸਾਹਿਬ ਤੋਂ ਜਸਵੀਰ ਸਿੰਘ ਗਿੱਲ ਡਿੰਪਾ ਅੱਗੇ ਚੱਲਦੇ ਪਏ ਬੀਬੀ ਜਗੀਰ ਕੌਰ ਦੂਜੇ ਨੰਬਰ 'ਤੇ 5874 ਇਹ ਸਭ ਤੋਂ ਜ਼ਿਆਦਾ ਮਾਰਜਨ ਆ ਹਰਦੀਪ ਸਿੰਘ ਇੰਗਰਾ ਤੁਹਾਡੇ ਲਈ ਚੰਗੀ ਖਬਰ ਹੈ ਪੰਜਾਬ ਤੋਂ ਵੈਸੇ ਦੇਸ਼ ਵਿੱਚ ਚੰਗੀ ਖਬਰ ਨਹੀਂ ਹੈਗੀ ਫਿਲਹਾਲ ਜੋ ਰੁਝਾਨ ਹੈ ਫਿਰ ਤੁਸੀਂ ਕਹੋਗੇ ਮੈਂ ਤੁਹਾਨੂੰ ਮੈਂ ਆਈਲ ਸਟਿਲ ਸੇ ਕਿ ਇਟਸ ਟੂ ਅਰਲੀ ਇਹ ਬਹੁਤ ਅਰਲੀ ਹੈ ਇਸ ਕਰਕੇ ਕੋਈ ਇਹਦੇ ਬਾਰੇ ਰੁਝਾਨਾਂ ਬਾਰੇ ਜਾਂ ਰਿਜ਼ਲਟ ਦੀ ਆਊਟਕਮ ਬਾਰੇ ਇਸ ਵੇਲੇ ਕਮੈਂਟ ਮੈਂ ਆਈਲ ਕੀਪ ਮਾਈ ਕਮੈਂਟ ਰਿਜ਼ਰਵ ਅਤੇ ਬਾਕੀ ਚੱਲਣ ਦਿਓ ਹਲੇ ਚੱਲੀ ਜਾਂਦਾ ਹੈ ਖੁਸ਼ੀ ਹੋ ਰਹੀ ਕਿ ਨਹੀਂ ਇਹ ਵੀ ਦੇਖੋ ਦੇਖੋ ਮੇਰੀ ਗੱਲ ਸੁਣੋ ਮੈਂ ਪੰਜਾਬ ਬਾਰੇ ਵੀ ਆ ਗਿਆ ਸੰਗਰੂਰ ਤੋਂ ਭਗਵੰਤ ਮਾਨ ਅੱਗੇ ਚੱਲ ਰਹੇ ਨੇ ਕੇਵਲ ਢਿੱਲੋਂ ਸੈਕਿੰਡ ਨੇ 1417 ਵੋਟ ਜਿਹੜਾ ਨਾ ਇਹ ਹਲੇ ਆਪਾਂ ਨੂੰ ਦੇਖਣਾ ਪਏਗਾ ਪੇਸ਼ੈਂਟਲੀ ਵੇਟ ਕਰਕੇ ਦੇਖਣਾ ਪਏਗਾ ਘੱਟ ਤੋਂ ਘੱਟ 2-3 ਘੰਟੇ ਹੋਰ ਉਸ ਤੋਂ ਬਾਅਦ ਥੋੜ੍ਹਾ ਜਿਹਾ ਸਿਚੁਏਸ਼ਨ ਜਿਹੜੀ ਆ ਉਹ ਕਲੀਅਰ ਹੋਏਗੀ ਇਹ ਪਾਰਲੀਮੈਂਟ ਦਾ ਇਲੈਕਸ਼ਨ ਹੈ ਕੋਈ ਪੰਚਾਇਤ ਦਾ ਇਲੈਕਸ਼ਨ ਥੋੜ੍ਹੀ ਇਹ ਪਰਚੀਆਂ ਗਿਣੀਆਂ ਸਰਪੰਚ ਜਿੱਤ ਗਿਆ ਇਹ ਪਾਰਲੀਮੈਂਟ ਦਾ ਇਲੈਕਸ਼ਨ ਹੈ ਪਰ ਸਵਾਲ ਇਹ ਹੈਗਾ ਹੈ ਇਸ ਵੇਲੇ ਹਰਜੀਤ ਸਿੰਘ ਭੁੱਲਰ ਸਾਹਿਬ ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਅੱਗੇ ਚੱਲ ਰਿਹਾ ਰਵਨੀਤ ਬਿੱਟੂ ਸੈਕਿੰਡ ਨੰਬਰ 'ਤੇ 304 ਵੋਟਾਂ ਦਾ ਹੀ ਫਰਕ ਹੈ ਸੈਡ ਬੀਜੇਪੀ ਕੈਂਡੀਡੇਟ ਪਹਿਲੇ ਦੋ ਵਿੱਚ ਵੀ ਨਹੀਂ ਨਜ਼ਰ ਆ ਰਹੇ ਦੇਖੋ ਗੱਲ ਇਸ ਤਰ੍ਹਾਂ ਪੰਜਾਬ ਦੇ ਵਿੱਚ ਸਾਡੇ ਕੋਲ 3 ਸੀਟਾਂ ਸੀਗੀਆਂ ਔਰ ਅਸੀਂ ਜੋ ਵੀ ਲਵਾਂਗੇ ਉਹ ਅਸੀਂ ਗੇਨ ਕਰਨਾ ਹੈ ਨਹੀਂ ਅਸੀਂ ਭਾਈਵਾਲਾਂ ਨੂੰ ਵੀ ਨਾਲ ਜੋੜ ਮੈਂ ਉਹ ਦੱਸ ਰਿਹਾ ਅਸੀਂ ਭਾਈਵਾਲਾਂ ਨੂੰ ਬੋਲ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੋਨਾਂ ਦੀ ਗੱਲ ਕਰ ਰਿਹਾ ਮੈਂ ਪਹਿਲਾਂ 4 ਸੀ ਉਸ ਵਾਰ 3 ਰਹਿ ਗਈਆਂ ਸਾਡੇ ਕੋਲ ਜੋ ਅਸੀਂ ਕਰਨਾ ਉਹ ਗੇਨ ਕਰਨਾ ਅਸੀਂ ਲੂਜ਼ਰ ਜਾਂ ਤਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਹੈ ਅਸੀਂ ਤਾਂ ਲੂਜ਼ਰ ਹੈ ਨਹੀਂ ਅਸੀਂ ਗੇਨਰ ਹੈ ਇਸ ਦੇਸ਼ 'ਚ ਪੰਜਾਬ 'ਚ ਵੈਸੇ ਤੁਸੀਂ ਕਮਜ਼ੋਰ ਹੋ ਨਹੀਂ ਕਮਜ਼ੋਰ ਕਾਹਨੂੰ ਅਸੀਂ ਤਾਂ ਹੀ ਤਾਂ ਮੈਂ ਸਵਾਲ ਕਰ ਰਿਹਾ ਕਰ ਦਿਓ ਤਾਂ ਹੀ ਤਾਂ ਮੈਂ ਕਾਹਨੂੰ ਅਸੀਂ ਪਿਛਲੀ ਵਾਰ ਮੋਦੀ ਲਹਿਰ ਨਹੀਂ ਚੱਲੀ ਇੱਥੇ ਇਸ ਵਾਰ ਤਾਂ ਰਾਸ਼ਟਰਵਾਦ ਦਾ ਨਾਰਾ ਨਹੀਂ ਚੱਲਿਆ ਅਸੀਂ ਚੱਲ ਰਹੇ ਹਾਂ ਬੀਜੇਪੀ ਚੱਲ ਰਹੀ ਚਲੋ ਇਸ ਗੱਲ ਦੀ ਮੈਂ ਵਧਾਈ ਦਿੰਦਾ ਭੁੱਲਰ ਨੂੰ ਵੀ ਤਕੜਾ ਹੈ ਜਿਹੜਾ ਚੱਲੀ ਜਾਂਦਾ ਹਲੇ ਵੀ ਬਾਜਵਾ ਸਾਹਿਬ ਬਾਜਵਾ ਸਾਹਿਬ ਪੰਜਾਬ ਦੇ ਜਿਹੜੇ ਅੰਕੜੇ ਆ ਰਹੇ ਆ ਸਾਡੇ ਕੋਲ ਇਸ ਨੂੰ ਕਿਸ ਤਰੀਕੇ ਨਾਲ ਤੁਸੀਂ ਦੱਸੋਗੇ ਇੱਕ ਤਾਂ ਸਵਾਲ ਇਹ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੋ ਆਪਦਾ ਸਟੇਟਸ ਹੈਗਾ ਪਰਸਨਲ ਸਟੇਟਸ ਜੋ ਸਾਰੇ ਕਾਂਗਰਸੀ ਇਲਜ਼ਾਮ ਲਾਉਂਦੇ ਆ ਬੀਜੇਪੀ 'ਤੇ ਕਿ ਮੋਦੀ ਬੀਜੇਪੀ ਤੋਂ ਵੱਡੇ ਹੋ ਗਏ ਆ ਇੱਥੇ ਕਾਂਗਰਸ ਤੋਂ ਵੱਡੇ ਕੈਪਟਨ ਅਮਰਿੰਦਰ ਸਿੰਘ ਹੋ ਗਏ ਆ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਤਾਂ ਇੱਕ ਜਰਨੈਲ ਹੈ ਇੱਕ ਫੌਜ ਦਾ ਜਰਨੈਲ ਹੈ ਔਰ ਉਹ ਫੌਜ ਜਿਹੜੀ ਹੈ ਉਹ ਕਾਂਗਰਸ ਪਾਰਟੀ ਹੈ ਔਰ ਇਹਨੇ ਔਰ ਇੱਕ ਉਸ ਤਰ੍ਹਾਂ ਕੋਈ ਆਮ ਖਾਸ ਜਰਨੈਲ ਨਹੀਂ ਹੈਗਾ ਇੱਕ ਫੈਸਲਾ ਕੁੰਨ ਅਤੇ ਦ੍ਰਿਸ਼ਟੀਵਾਨ ਜਰਨੈਲ ਹੈ ਔਰ ਜਿਹੜਾ ਫੈਸਲੇ ਜਿਹੜੇ ਬੜੇ ਸੁਲਝੇ ਫੈਸਲੇ ਹੁੰਦੇ ਨੇ ਬੜੇ ਸੋਚ ਸਮਝ ਕੇ ਫੈਸਲੇ ਹੁੰਦੇ ਨੇ ਉਹਦੀ ਉਹਨਾਂ ਦੀ ਜਿਹੜੀ ਇੱਕ ਜ਼ਿਆਤੀ ਜਿਹੜੀ ਸ਼ਖਸੀਅਤ ਹੈ ਉਹ ਬਹੁਤ ਜ਼ਿਆਦਾ ਲੋਕਾਂ 'ਚ ਬੁਲੰਦ ਹੈ ਔਰ ਇਹਦੇ ਕਰਕੇ ਜਿੱਥੇ ਵੀ ਜਾਂਦੇ ਨੇ ਉਹ ਆਪਣਾ ਲੋਕਾਂ 'ਚ ਅਸਰ ਪਾਸਦੇ ਤੁਸੀਂ ਤੁਹਾਨੂੰ ਯਾਦ ਹੋਣਾ ਪਿਛਲੇ ਜਿਹੜੀ ਅਸੈਂਬਲੀ ਚੋਣਾਂ ਸੀਗੀਆਂ ਉਦੋਂ ਅਕਾਲੀ ਦਲ ਨੇ ਜਨਰਲ ਜੇਜੇ ਸਿੰਘ ਜਿਹੜੇ ਕਿ ਸਾਬਕਾ ਫੌਜ ਦੇ ਸਾਬਕਾ ਫੌਜ ਦੇ ਸਾਬਕਾ ਮੁਖੀ ਸੀਗੇ ਉਹਨਾਂ ਨੂੰ ਪਟਿਆਲੇ ਤੋਂ ਖਿਲਾ ਰਿਹਾ ਸੀਗਾ ਇਸੇ ਪਿੱਛੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਥੇ ਬੰਨਿਆ ਜਾਏ ਪਟਿਆਲੇ ਤਾਂ ਕਿ ਉਹ ਪੰਜਾਬ 'ਚ ਫਿਰ ਤੁਰ ਕੇ ਦੂਜੇ MLA ਨਾਲ ਨੂੰ ਜਿਤਾ ਨਾ ਸਕਣ ਮਗਰ ਉਹ ਕਾਮਯਾਬ ਨਹੀਂ ਹੋ ਸਕੀ ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸ਼ਾਇਦ 2 ਦਿਨ ਉਹਨਾਂ ਨੇ ਲਾਉਣੇ ਸੀ ਇਹ ਪਟਿਆਲੇ 'ਚ ਉਹਨਾਂ ਨੇ ਇੱਕੋ ਦਿਨ ਲਾਇਆ ਉਹ ਪਟਿਆਲੇ ਤੋਂ ਵੀ ਜਿੱਤ ਗਏ ਰਾਹੁਲ ਗਾਂਧੀ ਕਿਉਂ ਨਹੀਂ ਚੱਲਦੇ ਪੰਜਾਬ 'ਚ ਹਾਂਜੀ ਰਾਹੁਲ ਗਾਂਧੀ ਕਿਉਂ ਨਹੀਂ ਚੱਲਦੇ ਪੰਜਾਬ 'ਚ ਨਹੀਂ ਦੇਖੋ ਜੀ ਅਸਰ ਤਾਂ ਹੁੰਦਾ ਹੈ ਮੈਨੂੰ ਯਾਦ ਹੈ ਹੁਣ ਦੀ ਗੱਲ ਨਹੀਂ ਮੈਂ ਕਰਦਾ ਮੈਂ 10 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਕਿ ਰਾਹੁਲ ਗਾਂਧੀ ਪੰਜਾਬ 'ਚ ਆਇਆ ਸੀਗਾ ਔਰ ਇੰਨੀ ਜ਼ਿਆਦਾ ਜਿਹੜੀ ਆਪਣਾ ਯੁਵਾ ਵਰਗ ਹੈ ਉਹਦੇ ਪਿੱਛੇ ਭੱਜਿਆ ਸੀ ਕਿ ਅਕਾਲੀਆਂ ਨੂੰ ਅਕਾਲ ਤਖ਼ਤ ਜਸਦਾਰ ਨੂੰ ਲਿਆਉਣਾ ਪਿਆ ਉਹਦੀ ਮੁਖਾਲਫਤ ਕਰਨ ਵਾਸਤੇ ਸੋ ਉਹ ਜਿਹੜੀ ਹੈ ਨਾ ਇਹ ਵੱਖ ਵੱਖ ਦੀ ਗੱਲਾਂ ਹੁੰਦੀਆਂ ਬਾਕੀ ਇਹ ਕਿ ਰਾਹੁਲ ਗਾਂਧੀ ਸਰਕਾਰ 'ਚ ਆਏਗਾ ਆਪਣੀ ਜੌਹਰ ਵਿਖਾਏਗਾ ਆਪਣਾ ਬਾਕੀ ਰਾਸ਼ਟਰੀ ਸੁਰੱਖਿਆ ਬਾਰੇ ਤਾਂ ਗੰਭੀਰ ਹੈਗਾ ਹੀ ਹੈ ਉਹ ਉਹਨਾਂ ਨੇ ਜਨਰਲ ਹੁੱਡਾ ਵਰਗੇ ਇੱਕ ਸੂਝਵਾਨ ਜਰਨੈਲ ਨੂੰ ਆਪਣਾ ਕੋਆਪਟ ਕਰਕੇ ਉਹਦੇ ਕੋਲੋਂ ਕਾਂਗਰਸ ਦੀ ਇੱਕ ਰਾਸ਼ਟਰੀ ਸੁਰੱਖਿਆ ਦੇ ਬਾਰੇ 'ਚ ਪੇਪਰ ਤਿਆਰ ਕੀਤਾ
ਔਰ ਉਹ ਵਚਨਬੱਧ ਹੈ ਉਸ ਪੇਪਰ ਨੂੰ ਲਾਗੂ ਕਰਨ ਵਾਸਤੇ। ਸੋ ਇਹ ਜਿਹੜੀ ਚੀਜ਼ਾਂ ਹੈ ਨਾ, ਇਹ ਜਿਹੜਾ ਰਾਹੁਲ ਗਾਂਧੀ ਨੂੰ ਆਈਸੋਲੇਸ਼ਨ 'ਚ ਨਾ ਵੇਖੋ, ਉਹਦੀ ਸਾਰਾ ਜਿਹੜਾ ਜਿਹੜੀ ਉਹਦੀ ਉਹਦੀ ਕਾਰਵਾਈ ਹੈ, ਉਹਦੀ ਸੋਚ ਆ, ਉਹਨੂੰ ਅੱਗੇ ਰੱਖ ਕੇ ਵੇਖੋ। ਠੀਕ ਹੈ ਹਰਜੀਤ ਸਿੰਘ ਗਿੰਗਰਾ, ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ, ਹੁਣ ਤੁਸੀਂ ਇਹ ਨਾ ਕਹਿ ਦਿਓ ਮੀਡੀਆ ਪਰਸੈਪਸ਼ਨ ਆ, ਹੁਣ ਤਾਂ ਸਭ ਕੁਝ ਸਾਹਮਣੇ ਆ ਚੁੱਕਿਆ, ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਆਪਸ ਵਿੱਚ ਟਕਰਾਅ ਕਿਉਂ ਇਹਨਾਂ ਦਾ? ਕੋਈ ਟਕਰਾਅ ਨਹੀਂ ਹੈਗਾ ਗਾ, ਟਕਰਾਅ ਹੋ ਵੀ ਨਹੀਂ ਸਕਦਾ ਟੈਕਨੀਕਲੀ, ਸਾਡਾ ਸੰਵਿਧਾਨ ਹੀ ਨਹੀਂ ਟਕਰਾਅ ਨੂੰ ਮੰਨਦਾ ਕਿ ਜੇ ਕੈਬਨਿਟ ਦੇ ਵਿੱਚ ਕੋਈ ਮੰਤਰੀ ਜਿਹੜਾ ਉਹਦਾ ਕੋਈ ਟਕਰਾਅ ਹੁੰਦਾ ਤਾਂ ਹੀ ਵਿਲ ਹੈਵ ਟੂ ਰਿਜ਼ਾਈਨ, ਇਹਦਾ ਸਿੱਧਾ ਜਿਹਾ ਅਸੂਲ ਹੈ ਕੈਬਨਿਟ ਕੈਨ ਨਾਟ ਵਰਕ ਇਨ ਡਿਸੈਂਟ, ਇਹ ਰੂਲਸ ਆਫ ਬਿਜ਼ਨਸ ਹੈ, ਦੇਅਰ ਕਾਂਟ ਬੀ ਏ ਡਿਸੈਂਟ ਨੋਟ ਵਿਦ ਇਨ ਦਾ ਕੈਬਨਿਟ ਇਟ ਸੈਲਫ, ਕੈਬਨਿਟ ਵਿਲ ਹੈਵ ਟੂ ਅਪਰੂਵ ਐਵਰੀ ਡਿਸੀਜਨ ਬਾਏ ਐਬਸੋਲੂਟ ਮੈਜੋਰਿਟੀ, ਨਾਟ ਐਬਸੋਲੂਟ ਰਾਦਰ ਦਾ ਫੁੱਲ ਮੈਜੋਰਿਟੀ ਵਿਦ ਵਾਇਸ ਵੋਟ। ਜੇ ਕੈਬਨਿਟ ਮੰਤਰੀ ਦਾ ਤੁਸੀਂ ਕਹਿ ਸਕਦੇ ਹੋ ਰੂਲ ਹੈਗਾ, ਸਵਾਲ ਬਤੌਰ ਨੇਤਾ ਦਾ, ਸਵਾਲ ਬਤੌਰ ਆਗੂ ਦਾ, ਉਹ ਤੁਹਾਨੂੰ ਲੱਗਦਾ ਦੋ ਪਟਿਆਲੇ ਵੀ ਆਮੋ ਸਾਹਮਣੇ ਹੋਏ ਪਏ ਆ ਕਿੰਗਰਾ ਸਾਹਿਬ, ਕਈ ਵਾਰੀ ਜਿਹੜਾ ਨਾ ਉਹ ਮਿਸ ਇੰਟਰਪ੍ਰੈਟ ਕਰ ਲੈਂਦੇ ਆ, ਜੇ ਕਿਸੇ ਨੇ ਕਹਿਤਾ ਫਰੈਂਡਲੀ ਮੈਚ ਆ, ਖਬਰਾਂ ਫਰੈਂਡਲੀ ਮੈਚ ਖਹਿਰੇ ਦਾ ਅਤੇ ਅਕਾਲੀ ਦਲ ਦਾ, ਇਹ ਕਿਹੜੀ ਉਹਨਾਂ ਨੇ ਕਿਹੜਾ ਕਿਹਾ ਵੀ ਕਾਂਗਰਸ ਦਾ ਫਰੈਂਡਲੀ ਮੈਚ ਦੀ ਗੱਲ ਕੀਤੀ ਹੈ, ਇਹ ਤਾਂ ਤੁਸੀਂ ਇੰਟਰਪ੍ਰੈਟ ਕੀਤਾ ਹੈ। ਵਾਹ, ਮੈਨੂੂੰ ਪਹਿਲੇ ਜਿਹੜਾ ਫਰੈਂਡਲੀ ਮੈਚ ਹੈ ਉਹ ਖਹਿਰੇ ਦਾ ਅਤੇ ਅਕਾਲੀ ਦਲ ਦਾ ਵੀ ਹੋ ਸਕਦਾ ਸੀ, ਮੈਂ ਪਹਿਲਾਂ ਹੀ ਕਹਿਤਾ ਸੀਗਾ। ਹਾਂ, ਤੁਸੀਂ ਮੀਡੀਆ 'ਚ ਬੈਠੇ ਰਹੋਗੇ, ਉਹ ਅਕਾਲੀਆਂ ਨਹੀਂ ਅਕਾਲੀਆਂ ਦਾ ਖਹਿਰੇ ਦਾ ਫਰੈਂਡਲੀ ਮੈਚ ਹੈ, ਉਹਦੇ ਬਾਰੇ ਸਿੱਧੂ ਸਾਹਿਬ ਨੇ ਗੱਲ ਕੀਤੀ ਹੈ, ਔਰ ਮੈਂ ਕਹਿੰਦਾ ਵੀ ਉਹਦਾ ਫਰੈਂਡਲੀ ਮੈਚ ਹੈ ਦੋਨਾਂ ਦਾ। ਅਤੇ ਫਿਰ ਤੁਸੀਂ ਕਾਰਵਾਈ ਲਈ ਕਿਉਂ ਕਹਿ ਰਹੇ ਹੋ? ਕਾਹਦੀ ਕਾਰਵਾਈ? ਸਿੱਧੂ ਸਾਹਿਬ ਤੋਂ ਯਾਰ ਫੇਰੀ ਗੱਲ ਸੁਣੋ, ਜਦੋਂ ਬੰਦਾ ਪੜ੍ਹਦਾ ਹੈ ਨਾ, ਹਰ ਬੰਦਾ ਆਪਦੇ ਤਰੀਕੇ ਨਾਲ ਚੀਜ਼ ਨੂੰ ਪੜ੍ਹਦਾ, ਖਬਰ ਨੂੰ ਪੜ੍ਹਦਾ, ਖਬਰ ਨੂੰ ਪਰਸੀਵ ਕਰਦਾ। ਮੈਂ ਬੋਲਦਾ, ਤੁਹਾਡੇ ਇੰਚਾਰਜ ਆਸ਼ਾ ਕੁਮਾਰੀ ਜੀ ਕਹਿ ਰਹੇ ਆ, ਕਿੰਗਰਾ ਸਾਹਿਬ ਤੁਸੀਂ ਸਵੇਰੇ ਸਵੇਰੇ ਕੋਈ ਝੂਠ ਬੋਲਣਾ ਸ਼ੁਰੂ ਕਰ ਦਿੱਤਾ। ਮੈਂ ਝੂਠ ਨਹੀਂ ਬੋਲਦਾ, ਜਿਹੜੀ ਹੈ ਉਹ ਅੱਜ ਕਹਿ ਰਹੀ ਹੈ ਮੰਗ ਕਰ ਰਹੀ ਹੈ ਸਿੱਧੂ ਨੂੰ ਰਿਮੂਵ ਕਰਨ ਲਈ, ਕਿੰਗਰਾ ਸਾਹਿਬ ਛਤਰੀ ਲਈ ਉਹਨੂੰ ਸ਼ੈਲਟਰ ਕਰ ਰਹੇ ਨੇ। ਉਹਨੇ ਮੈਂ ਸਿੱਧੂ ਨੂੰ ਸ਼ੈਲਟਰ ਨਹੀਂ ਕਰ ਰਿਹਾ ਗਾ, ਮੈਂ ਤਾਂ ਇਹ ਕਹਿਣਾ ਗਾ ਕਿ ਜੇ ਸਿੱਧੂ ਸਾਹਿਬ ਨੂੰ ਕੋਈ ਡਿਸੈਂਟ ਆਏਗਾ ਤਾਂ ਹੀ ਵਿਲ ਹੈਵ ਟੂ ਕੁਇਟ ਦੀ ਕੈਬਨਿਟ ਹਿਮਸੈਲਫ, ਇਹ ਹੈ ਰੂਲ, ਉਹ ਨਹੀਂ ਕਰਨਗੇ। ਦੇਖੋ ਕਿੰਗਰਾ ਸਾਹਿਬ ਬੜਾ ਕਲੀਅਰ ਹੈ, ਸਾਡੇ ਨਾਲ 5 ਸਾਲ ਉਹਨਾਂ ਦੀ ਵਾਈਫ ਜਿਹੜੀ ਹੈ ਮੰਤਰੀ ਰਹੀ ਹੈ, 5 ਸਾਲ ਉਹ ਕਦੀ ਵੀ ਸੈਟੀਸਫਾਈ ਨਹੀਂ ਸੀ ਔਰ ਉਹਨਾਂ ਨੇ ਮਿਨਿਸਟਰੀ ਨਹੀਂ ਛੱਡੀ ਸੀ, ਜਿਹੜੇ ਬਹਿਬਲ ਕਲਾਂ ਔਰ ਬਰਗਾੜੀ ਕਾਂਡ ਵਾਸਤੇ ਅੱਜ ਰੌਲਾ ਪਾਉਂਦੇ ਫਿਰਦੇ ਨੇ, 2 ਸਾਲ ਉਸ ਤੋਂ ਬਾਅਦ ਹੀ ਮੰਤਰੀ ਰਹੇ, ਉਹਨਾਂ ਨੇ ਕੈਬਨਿਟ ਨਹੀਂ ਛੱਡੀ, ਫਿਰ ਵੀਰ ਉਹ ਨਹੀਂ ਛੱਡਣਗੇ, ਉਹ ਲਾਲਚੀ ਬੰਦੇ ਨੇ। ਉਹ ਵੀਰ ਭੁੱਲਰ, ਤੁਸੀਂ ਆਪਦੇ ਪੁਰਾਣੇ ਪਰਿਵਾਰ ਦੇ ਸਦੱਸਿਆਂ ਬਾਰੇ ਮੈਨੂੰ ਜ਼ਿਆਦਾ ਜਾਣਦੇ ਹੋ, ਮੈਨੂੰ ਕੀ ਪੁੱਛਦੇ ਹੋ? ਅੱਜ ਤੁਸੀਂ ਸਾਹਮਣੇ ਬੈਠੇ ਹੋ, ਤੁਸੀਂ ਉਹਨਾਂ ਦੇ ਤਜਰਬੇ ਦਾ ਲਾਹਾ ਲੈ ਰਹੇ ਹੋ, ਮੈਨੂੰ ਕੀ ਪੁੱਛਦੇ ਹੋ? ਤੁਸੀਂ ਉਹਨਾਂ ਦੇ ਤਜਰਬੇ ਦਾ ਲਾਹਾ ਲੈ ਲਓ, ਇਸ ਕਰਕੇ ਦੱਸ ਰਹੇ ਹੋ, ਸਾਡੇ ਜਿਹੜੇ ਨੇ ਫੈਸਲਾ ਕਰਨ ਵਾਲੇ ਲੋਕ, ਇਸ ਕਰਕੇ ਖੜਾ ਛਡਾ ਲਓਗੇ ਤਾਂ ਚੰਗੇ ਰਹੋਗੇ, ਨਹੀਂ ਤਾਂ ਕਿੰਗਰਾ ਸਾਹਿਬ ਨੇ ਸਿੱਧੇ ਤੌਰ ਤੇ ਅਸੈਪਟ ਕਰ ਲਿਆ ਵੀ ਸਾਡੇ ਲਈ ਵੀ ਦਿੱਕਤ ਹੈਗੀ ਹੈ। ਨਹੀਂ ਨਹੀਂ, ਮੈਂ ਐਕਸੈਪਟ ਨਹੀਂ ਕੀਤਾ, ਸਾਡੇ ਲਈ ਦਿੱਕਤ ਹੀ ਕੋਈ ਨਹੀਂ ਹੈ, ਸਾਡਾ ਸਟਾਰ ਕੰਪੇਨਰ ਹੈ, ਉਹਨੇ ਦਾ ਵੋਕਲ ਕਾਰਡ ਆਪਦੀਆਂ ਇੰਜਰ ਕਰਨੀਆਂ ਕਾਂਗਰਸ ਪਾਰਟੀ ਆ ਪੰਜਾਬ ਚਾਹੁੰਦੇ ਉਹਨੇ ਸਾਰੇ ਗੱਡੀ ਗੱਡੀ ਚ ਪਾਤੇ, ਉਹਨੇ ਵੋਕਲ ਕਾਰਡ ਇੰਜਰ ਕਰਨੀਆਂ ਆਪਦੀਆਂ। ਹਰਜੀਤ ਪੁੱਲੋ, ਤੁਹਾਡੇ ਲਈ ਵਧੀਆ ਖਬਰ ਹਿਮਾਚਲ ਤੋਂ ਹੈਗੀ ਹੈ, ਸਾਰੀਆਂ ਸੀਟਾਂ ਤਕਰੀਬਨ ਬੀਜੇਪੀ ਲੀਡ ਕਰੀ ਔਰ ਲੀਡ ਵੀ ਜਿਹੜੀ ਹੈਗੀ ਹੈ 20,000 ਤੋਂ ਵਧੇਰੇ ਵੋਟਾਂ ਦੀ ਹੈ। ਇਸ ਵੇਲੇ ਅਨੁਰਾਗ ਠਾਕੁਰ 22,141 ਵੋਟਾਂ ਤੋਂ ਲੀਡ ਕਰ ਰਹੇ ਹੈ, ਕਿਸ਼ਨ ਕਪੂਰ 26,363 ਵੋਟਾਂ ਤੋਂ ਲੀਡ ਕਰ ਰਿਹਾ, ਮੰਡੀ ਤੋਂ ਰਾਮ ਸਰੂਪ ਸ਼ਰਮਾ ਲੀਡ ਕਰ ਰਿਹਾ 20,362 ਵੋਟਾਂ ਤੋਂ, ਸ਼ਿਮਲਾ ਤੋਂ ਸੁਰੇਸ਼ ਕਸ਼ਯਪ 27,385 ਲੀਡ ਬਣਾ ਚੁੱਕੇ ਹੈ ਔਰ ਸੈਕੰਡਰੀ ਪੋਜੀਸ਼ਨ ਤੇ ਕਾਂਗਰਸ ਚਲੀ ਗਈ ਹੈ ਹਿਮਾਚਲ ਦੇ ਵਿੱਚ। ਇਹ ਇਸ ਨੂੰ ਤਾਂ ਕਿੰਗਰਾ ਸਾਹਿਬ ਇਹਨੂੰ ਤਾਂ ਲੀਡਸ ਹੈ ਜੀ, ਬਿਲਕੁਲ ਲੀਡਸ ਹੈ, ਇਹ ਜਿੱਤਣਗੇ ਵੀ। ਦੇਖੋ ਤੁਸੀਂ ਨਾ, ਮਤਲਬ ਲੀਡ ਵੀ ਲੀਡ ਹੁੰਦੀ ਹੈ, ਕੋਈ ਐਵੇਂ ਤੁਸੀਂ ਕਹੋ ਵੀ ਇੱਕ ਅੱਧਾ ਗਜ ਅੱਗੇ ਹੈ ਤੇ 25 ਕਿਲੋਮੀਟਰ ਦੀ ਰੇਸ ਹੈ, ਅੱਧੇ ਗਜ 'ਚ ਕੀ ਫਰਕ ਪੈਣਾ, 2 ਸਟੈਪ ਮਾਰੇ ਤਾਂ ਨਿਕਲ ਜਾਣੇ ਹੈ। ਇਹ ਲੀਡਸ ਹੈ, ਨਹੀਂ ਨਹੀਂ ਇਹ ਲੀਡਸ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਇਹ ਲੀਡਸ ਹੈ, ਡੈਫੀਨੇਟ ਲੀਡਸ ਹੈ ਇਹ, ਔਰ ਇਹ ਸਸਟੇਨ ਹੁੰਦੀਆਂ ਨੇ, ਜੇ ਡਿੱਗੀਆਂ ਵੀ ਤਾਂ ਡਿੱਗਦੀਆਂ ਡਿੱਗਣਗੀਆਂ, ਐਂ ਤਾਂ ਨਹੀਂ ਉਹ ਵੀ ਗਰਾਊਂਡ 'ਚ ਡਿੱਗ ਪੈਣਗੀਆਂ। ਯਾਨੀ ਜਿਹੜੇ ਟੈਕਟਿਕ ਸੀਗੇ ਉਹ ਵੀ ਕੰਮ ਨਹੀਂ ਆਏ, ਸੁਖਰਾਮ ਨੂੰ ਵਾਪਸੀ ਲੈਣਾ ਵੀ, ਸਾਰਾ ਕੁਝ ਤਿਆਰ ਕਰਨਾ। ਜਿਹੜੇ ਨਾ ਕਈ ਡਿਸੀਜਨ ਲਏ ਜਾਂਦੇ ਨੇ ਟੈਕਟੀਕਲ, ਕਈ ਡਿਸੀਜਨ ਲਏ ਜਾਂਦੇ ਸਟ੍ਰੈਟੇਜੀਕਲ, ਸਟ੍ਰੈਟੇਜੀਕਲ ਡਿਸੀਜਨ ਦਾ ਅਸਰ ਜਿਹੜਾ ਉਹ ਥੋੜ੍ਹਾ ਠਹਿਰ ਕੇ ਹੁੰਦਾ, ਟੈਕਟੀਕਲ ਡਿਸੀਜਨ ਦਾ ਅਸਰ ਉਦੋਂ ਹੀ ਹੋ ਜਾਂਦਾ, ਇਹ ਤਾਂ ਹੁਣ ਲੈਣ ਵਾਲੇ ਜਾਣਦੇ ਆ ਕਿ ਟੈਕਟੀਕਲ ਸੀ ਕਿ ਸਟ੍ਰੈਟੇਜੀਕਲ ਸੀ। ਚਲੋ, ਫਿਰੋਜ਼ਪੁਰ ਦੀ ਵੀ ਅਪਡੇਟ ਦੇ ਦਈਏ, ਸੁਖਬੀਰ ਸਿੰਘ ਬਾਦਲ ਅੱਗੇ ਚੱਲ ਰਹੇ ਆ ਸ਼ੇਰ ਸਿੰਘ ਘਬਾਇਆ ਤੋਂ 1,195 ਵੋਟਾਂ ਦੇ ਨਾਲ। ਇਹ ਅਪਡੇਟ ਆ ਫਿਰੋਜ਼ਪੁਰ ਬਠਿੰਡਾ, ਦੋ ਇਹੋ ਜਿਹੇ ਹੌਟ ਹਲਕੇ ਹੈਗੇ ਜਿਨ੍ਹਾਂ ਦੀ ਅਪਡੇਟ ਸਾਰੇ ਇੰਤਜ਼ਾਰ ਕਰ ਰਹੇ ਆ। ਬਾਦਲ ਪਰਿਵਾਰ ਦੋਨਾਂ ਸੀਟਾਂ ਤੋਂ ਅੱਗੇ ਚੱਲਦਾ ਪਿਆ, ਹਰ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੋਂ ਮਨੀਸ਼ ਤਿਵਾੜੀ ਅੱਗੇ ਚੱਲਦੇ ਪਏ ਆ, ਤੇ ਗੁਰਜੀਤ ਸਿੰਘ ਓਜਲ ਅੱਗੇ ਚੱਲਦੇ ਪਏ ਹਰਦੀਪ ਸਿੰਘ ਪੁਰੀ ਤੋਂ, ਆਪਣੇ ਪੁੱਲਰ ਸਾਹਿਬ ਪੂਰੇ। ਜੇ ਓਵਰਆਲ ਸਿਨੈਰੀਓ ਦੀ ਗੱਲ ਕਰੀਏ, ਦੇਸ਼ ਦੀ ਗੱਲ ਕਰੀਏ, ਤਾਂ ਤੁਹਾਡੇ ਲਈ ਚੰਗੀਆਂ ਖਬਰਾਂ ਹੀ ਆ ਰਹੀਆਂ, ਰੁਝਾਨ ਦੇ ਵਿੱਚ ਤੁਸੀਂ ਕਾਫੀ ਅੱਗੇ ਚੱਲਦੇ ਪਏ ਹੋ। ਦੇਖੋ, ਚੰਗੀ ਖਬਰ ਸਾਡੇ ਲਈ ਉਹ ਹੋਏਗੀ ਜਦੋਂ ਅਸੀਂ ਫੁੱਲ ਫਲੈਸ਼ ਜਿਹੜੀ ਹੈ ਮੈਜੋਰਟੀ ਦੇ ਨਾਲ ਆਵਾਂਗੇ, ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਅੱਜ ਦੇਸ਼ ਵਾਸਤੇ, ਔਰ ਦੇਸ਼ ਦੇ ਆਲੇ ਦੁਆਲੇ ਵੀ ਜਿਹੜੇ ਨੇ ਉਹਨਾਂ ਵਾਸਤੇ ਵੀ, ਔਰ ਇੰਟਰਨੈਸ਼ਨਲੀ ਸਾਨੂੰ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
ਨਾ ਕਿ ਦਲਦਲ ਵਾਲੀ ਸਰਕਾਰ ਬਣੇ। ਮਨਦੀਪ ਬਾਜਵਾ, ਮਜ਼ਬੂਤ ਸਰਕਾਰ ਕਿਹਨੂੰ ਕਹਿੰਦੇ ਆ ਅਤੇ ਮਜ਼ਬੂਰ ਸਰਕਾਰ ਕਿਹਨੂੰ ਕਹਿੰਦੇ? ਮਨਮੋਹਨ ਸਿੰਘ ਦੀ ਸਰਕਾਰ ਮਜ਼ਬੂਰ ਸੀ, ਇਹ ਵਾਰ ਵਾਰ ਗੱਲ ਕਹਿ ਰਹੇ ਆ। ਦੇਖੋ ਜੀ, ਜਿਹੜੇ ਫੈਸਲੇ ਲਏ ਨੇ ਮਨਮੋਹਨ ਸਿੰਘ ਸਰਕਾਰ ਨੇ ਆਰਥਿਕ ਮਾਮਲਿਆਂ 'ਚ, ਉਹ ਤਾਂ ਅਸੀਂ ਕਹਿ ਸਕਦੇ ਕਿ ਬਿਲਕੁਲ ਹੀ ਮਜ਼ਬੂਤ ਸਰਕਾਰ ਸੀਗੀ। 2008 ਦੀ ਜਿਹੜੀ ਇੱਕ ਆਲਮੀ ਰਿਸੈਸ਼ਨ ਸੀਗੀ, ਉਹ 'ਚੋਂ ਦੇਸ਼ ਨੂੰ ਬਚਾ ਕੇ ਰੱਖਿਆ। ਹਾਂਜੀ, ਦੇਸ਼ ਨੂੰ ਇਕੱਠਿਆਂ ਵੀ ਰੱਖਿਆ, ਤੁਹਾਡੀ ਜਿਹੜੀ ਆਰਥਿਕ ਸਥਿਤੀ ਸੀ ਉਹਨੂੰ ਵੀ ਵਧਾਇਆ। ਉਹ ਠੀਕ ਹੈ, ਕੁਛ ਚੀਜ਼ਾਂ 'ਚੋਂ ਆਪਣਾ ਚੂਕ ਗਏ, ਇਸ ਕਰਕੇ ਹਾਰੇ ਆ। ਮਗਰ ਇਹ ਗੱਲ ਹੈ ਕਿ ਵੀ ਉਦੋਂ ਇਸ ਤਰ੍ਹਾਂ ਦੀ ਹਾਲਤ ਨਹੀਂ ਸੀ ਕਿ ਵੀ ਅਗਲੇ ਲੋਕ ਕਹਿ ਰਹੇ ਉਂਗਲਾਂ ਚੁੱਕਦੇ ਕਿ ਜੀ ਇਹ ਪ੍ਰਧਾਨ ਮੰਤਰੀ ਜੋਕਰ ਹੈ, ਜਾਂ ਪ੍ਰਧਾਨ ਮੰਤਰੀ ਡਰਾਮੇਬਾਜ਼ ਹੈ, ਜਾਂ ਪ੍ਰਧਾਨ ਮੰਤਰੀ ਫਰੌਡ ਹੈ, ਜਾਂ ਜੀ ਪ੍ਰਧਾਨ ਮੰਤਰੀ ਆਪਣਾ ਫੌਜ ਨੂੰ ਆਪਣੇ ਸਾਹਮਣੇ ਰੱਖ ਕੇ ਅਤੇ ਆਪਣੀ ਸ਼ੀਲਡ ਬਣਾ ਰਿਹਾ, ਜਾਂ ਜਿਹੜੇ ਪ੍ਰੋਫੈਸ਼ਨਲਸ ਨੇ ਜਿਹੜੇ ਕਿ ਵੀ ਹਰ ਆਪਣੇ ਖੇਤਰ ਦੇ ਵਿੱਚ ਮਾਹਰ ਨੇ, ਉਹਨਾਂ ਦੀ ਜਿਹੜੀ ਹੈ ਸਲਾਹ ਨੂੰ ਠੁਕਰਾ ਕੇ ਅਤੇ ਆਪਣੀ ਜਿਹੜੀ ਹੈ ਇੱਕ ਮਨ ਘੜਤ ਜਿਹੜੀ ਆ ਸੋਚ ਨੇ ਉਹਨਾਂ ਨੂੰ ਅੱਗੇ ਰੱਖੇ, ਅਤੇ ਉਹਨਾਂ ਦੇ ਆਪਣਾ ਸਿਰ ਦੇ ਉੱਤੇ ਉਹਨਾਂ ਦੇ ਕਾਰਨ ਕੌਮੀ ਸੁਰੱਖਿਆ ਦੇ ਫੈਸਲਾ ਕਰੇ। ਜੀ ਭੁੱਲਰ ਸਾਹਿਬ, ਗੱਲ ਇਸ ਤਰ੍ਹਾਂ, ਬਾਜਵਾ ਸਾਹਿਬ ਸਿਰਫ ਕਾਂਗਰਸ ਦੇ ਗੁਣ ਗਾਈ ਜਾਂਦੇ ਹੈ। ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਜਿਹੜੀਆਂ ਗੱਲਾਂ ਕਰ ਰਹੇ ਵੀ ਪ੍ਰਧਾਨ ਮੰਤਰੀ ਬਾਰੇ, ਅੱਜ ਤੱਕ ਪ੍ਰਧਾਨ ਮੰਤਰੀ ਜਿਹੜਾ ਵੀ ਕੋਈ ਹੁੰਦਾ ਸੀ, ਚੰਗਾ ਸੀ ਮਾੜਾ ਹੁੰਦਾ ਸੀਗਾ, ਉਹਦੇ ਬਾਰੇ ਇੱਕ ਨਾ ਰਿਸਪੈਕਟ ਹੁੰਦੀ ਸੀ। ਇੱਕ ਹਰ ਬੰਦੇ ਦਾ ਵਿਜ਼ਨ ਹੁੰਦਾ ਸੀ, ਨਹੀਂ ਇਹ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਇਹਦੇ ਲਈ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਜਿਹੜੀ ਮਾੜੀ ਲੱਗੇ। ਲੇਕਿਨ ਜਿੰਨਾ ਸਤਰ ਲੈਂਗੇ ਦਾ ਰਾਹੁਲ ਗਾਂਧੀ ਔਰ ਉਹਦੀ ਕਾਂਗਰਸ ਨੇ ਇਸ ਟਰਮ ਦੇ ਥੱਲੇ ਸੁੱਟਿਆ, ਇੰਨਾ ਕਦੀ ਵੀ ਥੱਲੇ ਨਹੀਂ ਸੀ ਡਿੱਗਿਆ। ਮਨਮੋਹਨ ਸਿੰਘ ਵਰਗਾ ਪ੍ਰਧਾਨ ਮੰਤਰੀ ਜਿਹਦੇ ਕਾਗਜ਼ ਪਾੜ ਕੇ ਰਾਹੁਲ ਗਾਂਧੀ ਨੇ ਸੁੱਟਦੇ ਸੀਗੇ, ਉਹਦਾ ਡਿਸੀਜਨ ਨੂੰ ਖਤਮ ਕਰਤਾ ਸੀਗਾ, ਤੁਸੀਂ ਉਹਦੀਆਂ ਗੱਲਾਂ ਕਰਦੇ? ਤੁਸੀਂ ਕਹਿੰਦੇ ਵੀ ਉਹ ਪਾਵਰਫੁਲ ਸੀਗਾ, ਸਭ ਤੋਂ ਵਸਟ, ਸਭ ਤੋਂ ਜਿਹਨੂੰ ਕਹਿੰਦੇ ਵੀ ਮਜ਼ਬੂਰ ਪ੍ਰਧਾਨ ਮੰਤਰੀ ਸੀ। ਇਹਦਾ ਵੀ ਤਾਂ ਇਹਦੇ ਬਾਰੇ ਵੀ ਖੁਲਾਸਾ ਕਰੋ ਨਾ, ਜਿਹੜੇ ਮੈਂ ਦੱਸਿਆ ਨਾ, ਸਭ ਤੋਂ ਮਜ਼ਬੂਰ ਪ੍ਰਧਾਨ ਮੰਤਰੀ ਸੀ। ਰਡਾਰ ਬਾਰੇ ਤੇ ਸੁਖਨਾ ਬਾਰੇ ਜਿਹੜੀ ਆ ਉਹ ਗੱਲਾਂ ਆ, ਜਨਰਲ ਸੈਕਟਰੀ ਉਹਦੇ ਮੂੰਹ ਦੇ ਕਾਗਜ਼ ਚੱਕ ਕੇ ਮਾਰਦਾ ਹੈ, ਇਹ ਕਿੱਥੋਂ ਦਾ ਪ੍ਰਧਾਨ ਮੰਤਰੀ ਦੀ ਪਾਵਰ ਹੈ? ਮਜ਼ਬੂਰ ਪ੍ਰਧਾਨ ਮੰਤਰੀ ਸੀ, ਬਿਲਕੁਲ ਉਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸੀਗਾ, ਅਗਰ ਉਹਨੂੰ ਪ੍ਰਧਾਨ ਮੰਤਰੀ ਦੇ ਉਸ ਸਟੈਚਰ ਦੀ ਕੋਈ ਇੱਜ਼ਤ ਸੀ। ਜਿਹੜੇ ਖੁਦ ਮੁਖਤਿਆਰੀ ਵਾਲੇ ਆਗੂ ਸੀਗੇ ਉਹ ਬਹੁਤ ਜ਼ਿਆਦਾ ਪਿੱਛੇ ਚਲ ਗਏ ਨੇ। ਰੁਝਾਨ ਹੈ, ਰੁਝਾਨ ਵੀ ਹੈਗਾ, ਪਰ ਵੋਟਿੰਗ ਵੀ ਜਿਹੜੀ ਹੈਗੀ ਹੈ, ਤੁਸੀਂ ਦੇਖੋ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ 11,647 ਵੋਟਾਂ ਨੇ, ਹਰਸਿਮਰਤ ਕੌਰ ਬਾਦਲ 11,626 ਵੋਟਾਂ ਨੇ, ਪ੍ਰੋਫੈਸਰ ਬਲਜਿੰਦਰ ਕੌਰ 2,193 ਵੋਟਾਂ ਨੇ, ਸੁਖਪਾਲ ਸਿੰਘ ਖਹਿਰਾ 1154 ਵੋਟਾਂ ਨੇ। ਹੁਣ 1154 ਤੋਂ ਤਾਂ ਫਿਰ 11,000 ਤੱਕ ਦਾ ਸਫ਼ਰ ਨਹੀਂ ਹੋਣਾ, ਸਿਰ ਚੋਂ ਪੂਣੀ ਨਹੀਂ ਕੱਤੀ ਹਲੇ। ਚਲੋ ਹੁਣ ਫਿਰ ਅਪਡੇਟ ਆ ਗਈ, ਹਰਸਿਮਰਤ ਕੌਰ ਬਾਦਲ ਅੱਗੇ ਹੋ ਗਿਆ ਕਿੰਗਰਾ ਸਾਹਿਬ। ਹਲੋ, ਤਾਂ ਕਿੰਨੀਆਂ 7 ਵੋਟਾਂ ਤੇ? ਨਹੀਂ ਜ਼ਿਆਦਾ, ਅਬ ਇੰਨਾ ਕੀ ਹੋਣਾ, ਹੋਰ ਕੀ ਹੋਣਾ? ਯਾਨੀ ਤੁਸੀਂ ਮੰਨਦੇ ਹੋ ਕਿ ਨੈਕਸਟ ਟੂ ਨੈਕਸਟ ਫਾਈਟ ਤਾਂ ਹੈਗੀ ਹੈ? ਜੇ ਮਿੰਟ ਮਿੰਟ ਦੀ ਖਬਰ ਹੋਵੇ ਤਾਂ ਇਹ ਸਾਹਿਬ ਇੱਕ ਚੀਜ਼ ਰਹਿਣੀ ਹੈ ਪੰਜਾਬ ਦੇ ਵਿੱਚ, ਹੋ ਸਕਦਾ ਬਹੁਤ ਜ਼ਿਆਦਾ ਮਾਰਜਨ ਨਾ ਹੋਣ, ਘੱਟ ਮਾਰਜਨ ਤੋਂ ਹੋਣ, ਲੇਕਿਨ ਐਂਡ ਤੱਕ ਜਾ ਕੇ ਜਿਹੜਾ ਫੈਸਲਾ ਹੈਗਾ ਕਿਤੇ ਨਾ ਕਿਤੇ ਤੁਸੀਂ ਇਸ ਨੂੰ ਮੰਨ ਕੇ ਚੱਲੋ। ਦੇਖੋ ਕਿ 50-50 ਵਾਲੀ ਸੀ, ਇੱਕ ਚੀਜ਼ ਮੈਂ ਕਹਿਣ ਲੱਗਿਆ ਪੰਜਾਬ ਦੇ ਵਾਸਤੇ, ਇਹ ਚ ਲੂਜ਼ ਕਰਨਾ ਹੈ ਕਿਤੇ ਨਾ ਕਿਤੇ। ਇੱਕ ਚੀਜ਼ ਮੈਂ ਪੰਜਾਬ ਵਾਸਤੇ ਕਹਿਣ ਲੱਗਾ, ਦੋਵੇਂ ਮੰਤਰੀ ਜਿੱਤਣਗੇ ਕਿ ਹਾਰਨਗੇ? ਗਗਨ, ਇੱਕ ਮੈਂ ਪੰਜਾਬ ਵਾਸਤੇ ਚੀਜ਼ ਕਹਿਣ ਲੱਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਤੀਜੇ ਬਦਲ ਦੀ ਗੱਲ ਕਰਦੇ ਨੇ, ਚੌਥੇ ਬਦਲ ਦੀ ਗੱਲ ਕਰਦੇ ਨੇ, ਪੰਜਵੇਂ ਬਦਲ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਅਤੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ। ਇੱਥੇ ਦੋ ਪਾਰਟੀਆਂ ਨੇ, ਅਕਾਲੀ ਦਲ ਤੇ ਕਾਂਗਰਸ। ਉੱਤਰ ਕਾਟੋ ਮੈਚਣਾ ਹੀ ਚੱਲੂਗਾ ਬਸ। ਨਹੀਂ, ਉੱਤਰ ਕਾਟੋ ਨਹੀਂ ਹੈ ਇਹ, ਉੱਤਰ ਕਾਟੋ ਨਹੀਂ ਹੈ, ਤੁਸੀਂ ਉੱਥੇ ਚੱਲ ਜਾਓ ਜੇ ਬਹੁਤਾ ਚੰਗੇ ਹੋ ਤਾਂ। ਕਾਂਗਰਸ ਛੱਡ ਕੇ ਤੁਸੀਂ ਚੰਗੇ ਬੰਦੇ ਕਹਿੰਦੇ ਹੋ ਕਿ ਮੈਂ ਚੰਗਾ ਬਣ ਗਿਆ ਕਾਂਗਰਸ ਛੱਡ ਕੇ? ਕਾਂਗਰਸ ਤੁਸੀਂ ਜਿੱਥੇ ਜਾਂਦੇ ਤੁਸੀਂ ਦੁੱਧ ਉੱਤੇ ਹੋ ਜਾਂਦੇ ਹੋ, ਕਿਵੇਂ ਹੋ ਸਕਦਾ ਇਹ? ਦਿੱਲੀ ਦੀਆਂ 7 ਸੀਟਾਂ ਤੇ ਵੀ ਆ ਰਿਹਾ ਰੁਝਾਨ, 7-7 ਬੀਜੇਪੀ ਇਸ ਵੇਲੇ ਅੱਗੇ ਚੱਲ ਰਹੀ ਹੈ, 7 ਸੀਟਾਂ ਤੇ ਬੀਜੇਪੀ ਅੱਗੇ ਚੱਲ ਰਹੀ ਹੈ। ਇਸ ਕਰਕੇ ਕੋਈ ਇਹ ਜੀ ਦਿੱਲੀ ਤੋਂ ਚੰਗੀ ਖਬਰ ਬਿਲਕੁਲ ਆਣੀ ਐਕਸਪੈਕਟਡ ਸੀ ਉਹ ਜੀ, ਕਿਉਂਕਿ ਕਾਂਗਰਸ ਆਪਣੇ ਆਪ ਨੂੰ ਉੱਥੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਹੈ, ਔਰ ਆਮ ਆਦਮੀ ਪਾਰਟੀ ਦੇ ਕੋਲ ਹੈ ਕੁਛ ਨਹੀਂ ਸੀਗਾ, ਇਸ ਕਰਕੇ ਰਾਹੁਲ ਗਾਂਧੀ ਪਿੱਛੇ ਤੁਰੇ ਫਿਰਦੇ, ਉਹਨਾਂ ਨਜ਼ਰ ਆਉਂਦਾ ਸੀਗਾ ਵੀ ਜਿੱਤਣਾ ਨਹੀਂ। ਅਗਰ ਇਹ ਦੋਨੋਂ ਰਲ ਵੀ ਜਾਂਦੇ ਤਾਂ ਵੀ ਉੱਥੇ ਪੋਜੀਸ਼ਨ ਇਹੀ ਰਹਿਣੀ ਸੀ, ਭਾਰਤੀ ਜਨਤਾ ਪਾਰਟੀ ਨੇ ਹੀ ਉੱਥੇ ਜਿੱਤਣਾ ਸੀਗਾ। ਅਰਲੀ ਹੈ ਵੀ, ਮੈਂ ਕਹਿੰਦਾ ਜੀ ਤੁਹਾਡੇ ਸਾਹਮਣੇ ਰੁਝਾਨ ਜਿਹੜੇ ਨੇ 263 ਤੋਂ 64 ਤੋਂ ਇਸ ਐਨਡੀਏ ਅੱਗੇ ਚੱਲ ਰਹੇ ਆ, ਹੁਣ ਤੇ ਰੇਸ ਜਿਹੜੀ ਹੈ 4 ਕਿਲੋਮੀਟਰ ਅੱਗੇ ਜਿਹੜਾ ਇੱਕ ਕੈਂਡੀਡੇਟ ਨਿਕਲ ਚੁੱਕਿਆ ਹੈ, ਉਹਨੂੰ ਤੁਸੀਂ ਕਿੱਥੋਂ ਫੜ ਲਓਗੇ? 21 ਵੋਟਾਂ ਤੇ ਮੈਂ ਗੱਲ ਸੁਣ, ਮੈਂ ਤੁਹਾਨੂੰ ਬਾਰ ਬਾਰ ਕਹਿੰਦਾ, ਕਿੰਨੇ ਕੱਢ ਲਓਗੇ ਤੁਸੀਂ, ਕਿੰਨਿਆਂ ਨੂੰ ਕੈਚ ਕਰ ਲਓਗੇ ਤੁਸੀਂ? 80 ਤੋਂ 264 ਤੱਕ ਲੈ ਕੇ ਜਾਓ ਚਰਚਾ ਅੱਗੇ। ਤੁਹਾਨੂੰ ਥੋੜਾ ਇੱਕ ਅੰਕੜਾ ਦੇ ਦਿਓ ਪੰਜਾਬ ਦਾ, ਐਗਜ਼ਿਟ ਪੋਲ ਛੱਡੋ ਤੁਸੀਂ,
ਦੇਖੋ ਜੀ ਜਿਹੜਾ ਜਿਹੜਾ ਮੈਂ ਪਰਸਨਲੀ ਅਸੀਂ ਪੰਜਾਬ 'ਚ ਘੁੰਮ ਕੇ ਦੇਖਿਆ ਔਰ ਪੰਜਾਬ ਦਾ ਜਿਹੜਾ ਅਸੀਂ ਆਪਣੇ ਲੈਵਲ 'ਤੇ ਹੁਣ ਸਾਰੇ ਪਾਸੇ ਦੇਖਿਆ ਸੀਗਾ ਜਦੋਂ ਤੱਕ ਸਾਨੂੰ ਲੱਗਦਾ ਕਿ ਸਾਡੀਆਂ BJP ਦੀਆਂ 2 ਸੀਟਾਂ ਔਰ ਅਕਾਲੀ ਦਲ 4 ਸੀਟਾਂ ਦੇ ਉੱਤੇ ਬਾਕੀ ਕਾਂਗਰਸ ਦੇ ਆਉਣ ਦੇ ਚਾਂਸਿਸ ਹੈਗੇ ਆ ਇੱਕ ਸੀਟ ਕਿਤੇ ਸ਼ਾਇਦ ਤੁੱਕਾ ਲੱਗ ਜਾਏ ਅਤੇ ਭਗਵੰਤ ਮਾਨ ਲੈ ਜੇ ਇਸ ਤੋਂ ਜ਼ਿਆਦਾ ਹੋਰ ਕੁਛ ਪੰਜਾਬ ਯਾਨੀ ਕਿ ਤੁਸੀਂ 50-50 ਦੇ ਰਹੇ ਹੋ 6+ 6 ਬਿਲਕੁਲ ਜੀ ਬਿਲਕੁਲ ਅਤੇ ਇੱਕ ਆਪ ਨੂੰ ਹੋ ਸਕਦਾ ਕਿ ਭਗਵੰਤ ਮਾਨ ਲੈ ਜਾਵੇ ਕਿੰਗਰਾ ਸਾਹਿਬ ਸਹਿਮਤ ਹੋ ਦੇਖੋ ਜੀ ਮੈਂ ਤੁਹਾਨੂੰ ਤੁਸੀਂ ਮੈਨੂੰ 10 ਵਾਰੀ ਪੁੱਛੋਗੇ ਤਾਂ ਵੀ ਇਹੀ ਜਵਾਬ ਦੇਊਂਗਾ ਮੈਂ ਕਿ ਮੈਂ ਕੋਈ ਜੋਤਸ਼ੀ ਹਾਂ ਆਪਾਂ ਹੁਣ ਕਾਊਂਟਿੰਗ ਹੋਈ ਜਾਂਦੀ ਹੈ ਰਿਜ਼ਲਟ ਆਏਗਾ ਕੈਪਟਨ ਸਾਹਿਬ ਕਹਿੰਦੇ ਤੇਰਾ ਹੀ ਲੱਗ ਰਿਹਾ ਕੈਪਟਨ ਸਾਹਿਬ ਜੋਤਸ਼ੀ ਹੈ ਮਿਸ਼ਨ ਤੇਰਾ ਕਹਿੰਦੇ ਹੋ ਕੈਪਟਨ ਸਾਹਿਬ ਜੋਤਸ਼ੀ ਹੈ ਉਹ ਸਾਡਾ ਏਮ ਸੀ ਅੱਛਾ ਆਬਜੈਕਟ ਐਂਡ ਏਮ ਦੈਟ ਵਾਸ ਆਬਜੈਕਟਿਵ ਐਂਡ ਏਮ ਅਸੀਂ ਨਿਸ਼ਾਨਾ ਬਣਾਇਆ ਸੀ ਤੁਹਾਡੇ ਏਮ ਦੇ ਵਿੱਚ 50-50 ਕਹਿ ਰਹੇ ਹੋ ਤਾਂ ਜਵਾਬ ਦੇ ਦਿਓ ਅਸੀਂ ਨਿਸ਼ਾਨਾ ਬਣਾਇਆ ਸੀ ਮੱਛੀ ਦੀ ਅੱਖ ਨੂੰ ਵਜਿਆ ਮੂੰਹ 'ਚ ਇਹ ਕੀ ਹੋ ਸਕਦਾ ਨਿਸ਼ਾਨਾ ਤਾਂ ਨਹੀਂ ਗਲਤ ਬਣਾਉਂਦੇ ਅਸੀਂ ਨਿਸ਼ਾਨਾ ਗਲਤ ਕਿਉਂ ਬਣਾਈਏ ਦੇਖੋ ਮੈਂ ਇਹਨਾਂ ਨੇ ਨਿਸ਼ਾਨਾ ਕਿੰਨਾ ਬਣਾਇਆ 400 ਦਾ ਬਣਾਇਆ ਇਹ ਤਾਂ ਕਹਿੰਦੇ ਅਸੀਂ 25 ਸਾਲ ਰਾਜ ਕਰਾਂਗੇ ਪੰਜਾਬ ਦੇ ਵਿੱਚ ਕੀੜੀਆਂ ਮਕੌੜਿਆਂ ਦੀ ਬਹੁਤ ਸਿਆਸਤ ਹੋਈ ਹੈ ਤੇ ਮੱਛੀ ਦੀ ਸਿਆਸਤ ਹੋ ਰਹੀ ਹੈ ਤੁਸੀਂ ਇਹੋ ਜੀ ਗੱਲਾਂ ਨਾ ਕਰੋ ਉਹ ਸਾਡਾ ਨਿਸ਼ਾਨਾ ਸੀ ਕਿੰਗਰਾ ਸਾਹਿਬ ਅੱਗੇ ਵੋਟਾਂ ਫਿਰ ਸਾਡਾ ਨਿਸ਼ਾਨਾ ਇਹ ਹੋਏਗਾ ਅਸੀਂ ਤੇ ਗੇਨਰ ਹਾਂ ਲੂਜ਼ਰ ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਹੈ ਹਲੇ ਅਰਲੀ ਹੈ ਚਲੋ ਇੱਕ ਹਲੇ ਅਰਲੀ ਚਲੋ ਮੱਛੀ ਦੀ ਗੱਲਬਾਤ ਛੋਟਾ ਜਿਹਾ ਵਕਫਾ ਲੈਣਾ ਵਕਫੇ ਤੋਂ ਬਾਅਦ ਵਾਪਸ ਆਵਾਂਗੇ ਪੰਜਾਬ ਜੋ ਟ੍ਰੈਂਡ ਹੈਗੇ ਅਸੀਂ ਤੁਹਾਨੂੰ ਨਾਲ ਉਹ ਵੀ ਦੱਸ ਦੇ ਰਹੇ ਦੇਸ਼ ਦੇ ਟ੍ਰੈਂਡ ਆ ਤੁਹਾਨੂੰ ਉਹ ਵੀ ਨਾਲ ਨਾਲ ਦੱਸ ਰਹੇ ਹਾਂ ਅਸੀਂ ਅਮੇਠੀ ਦੇ ਵਿੱਚ ਕੀ ਸਥਿਤੀ ਹੈਗੀ ਹੈ ਵਾਇਨਾਡ ਦੀ ਕੀ ਸਥਿਤੀ ਹੈਗੀ ਹੈ ਉਸ ਦੀ ਵੀ ਚਰਚਾ ਕਰਾਂਗੇ ਬ੍ਰੇਕ ਤੋਂ ਵਾਪਸ ਆ ਰਹੇ ਹਾਂ ਪੈਨਲ ਸਾਡੇ ਨਾਲ ਇਵੇਂ ਵੱਧਦਾ ਜਾਵੇਗਾ ਚਰਚਾ ਇਵੇਂ ਅੱਗੇ ਵੱਧਦੀ ਜਾਵੇਗੀ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਫੈਸਲਾ ਦੇਸ਼ ਦਾ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ ਜਿਵੇਂ ਜਿਵੇਂ ਰੁਝਾਨ ਸਾਡੇ ਸਾਹਮਣੇ ਆ ਰਹੇ ਤੁਹਾਨੂੰ ਅਸੀਂ ਨਾਲ ਨਾਲ ਉਹ ਵੀ ਦੱਸ ਰਹੇ ਹਾਂ ਪੈਨਲ ਸਾਡੇ ਨਾਲ ਮੌਜੂਦ ਹੈਗਾ ਅਤੇ ਮਨਦੀਪ ਸਿੰਘ ਬਾਜਵਾ ਉਹ ਵੀ ਸਾਡੇ ਨਾਲ ਇੱਥੇ ਪਹੁੰਚ ਚੁੱਕੇ ਹੈਗੇ ਆ ਡਿਫੈਂਸ ਦੀ ਅੱਛੀ ਜਾਣਕਾਰੀ ਰੱਖਦੇ ਆ ਸੀਨੀਅਰ ਪੱਤਰਕਾਰ ਨੇ ਚੰਗਾ ਇਹਨਾਂ ਕੋਲ ਡਾਟਾ ਵੀ ਹੈਗਾ ਕਿ ਕਿੰਨਾ ਸੁਣਿਆ ਜਾਂਦਾ ਹੈਗਾ ਜਿਹੜੇ ਸ਼ਹੀਦ ਹੋ ਜਾਂਦੇ ਆ ਦੇਸ਼ ਦੇ ਲਈ ਅਤੇ ਕਿੰਨਾ ਉਹਨਾਂ ਦੀ ਪਹਿਚਾਣ ਆ ਜਿਹੜੀ ਉਹ ਰੱਖੀ ਜਾਂਦੀ ਹੈਗੀ ਆ ਦੇਸ਼ ਕਿੰਨੀ ਰੱਖਦਾ ਹੈਗਾ ਉਹ ਮਨਦੀਪ ਸਿੰਘ ਬਾਜਵਾ ਹਰ ਤੋਂ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਸਰਜੀਕਲ ਸਟ੍ਰਾਈਕ ਦੀ ਸਾਰੇ ਗੱਲ ਕਰਦੇ ਹੈਗੇ ਆ ਜਿਹੜੀ ਸਰਜੀਕਲ ਸਟ੍ਰਾਈਕ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੋਈ ਆ ਉਸ ਦੀ ਗੱਲ ਕੌਣ ਕਰੇਗਾ ਸਵਾਲ ਇਹ ਵੀ ਹੈਗਾ ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਆ ਇਹ ਵੀ ਸਾਡੇ ਨਾਲ ਇੱਥੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਭੁੱਲਰ ਸਾਹਿਬ ਚਿਹਰੇ 'ਤੇ ਰੌਣਕਾਂ ਹੈਗੀਆਂ ਭੁੱਲਰ ਸਾਹਿਬ ਚਿਹਰੇ 'ਤੇ ਰੌਣਕਾਂ ਸ਼ਾਮ ਤੱਕ ਕਾਇਮ ਰਹਿ ਸਕਣਗੀਆਂ ਕਿ ਨਹੀਂ ਰਹਿ ਸਕਣਗੀਆਂ ਮੈਨੂੰ ਥੋੜ੍ਹਾ ਜਿਹਾ ਸ਼ੱਕ ਹੈਗਾ ਤੁਹਾਨੂੰ ਤਾਂ ਨਹੀਂ ਹੈਗਾ ਗੱਲ ਇਸ ਤਰ੍ਹਾਂ ਹੈ ਕਿ ਸਾਡੇ 'ਤੇ ਉਦੋਂ ਵੀ ਰੌਣਕਾਂ ਸੀ ਜਦੋਂ ਅਸੀਂ ਓਪੋਜੀਸ਼ਨ ਸੀਗੇ ਔਰ ਜੇ ਦੁਬਾਰਾ ਕਿਤੇ ਇਹੋ ਜਿਹੀ ਕੋਈ ਹਾਲਾਤ ਹੋਣਗੇ ਵੈਸੇ ਠੀਕ ਹੈ ਸਾਰਿਆਂ ਦੇ ਖਿਆਲ ਚੰਗੇ ਹੈ ਲੇਕਿਨ ਸਾਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਹਾਲਾਤ ਆਉਣ ਵਾਲੇ ਦੇਸ਼ 'ਚ ਰੌਣਕਾਂ ਰਹਿਣਗੀਆਂ ਕਿ ਰਹਿਣਗੀਆਂ ਤੁਹਾਡੇ ਚਿਹਰੇ ਦੇਸ਼ ਦੇ ਵਿੱਚ ਰੌਣਕਾਂ ਤਾਂ ਹੈ ਹੀ ਨਹੀਂ ਜੇ ਉਹ ਭਾਰਤੀ ਜਨਤਾ ਪਾਰਟੀ ਔਰ NDA ਦੀ ਸਰਕਾਰ ਨੂੰ ਲੈ ਕੇ ਆਉਂਦੇ ਨੇ ਤਾਂ ਦੇਸ਼ ਦੇ ਰੌਣਕਾਂ ਹੀ ਹੋਣੀਆਂ ਕਿਉਂਕਿ ਲੋਕਾਂ ਦੀ ਇੱਛਾ ਦੇ ਮੁਤਾਬਿਕ ਸਾਰਾ ਕੁਝ ਹੋ ਰਿਹਾ ਅਤੇ ਇਸ ਕਰਕੇ ਰੌਣਕਾਂ ਆਉਣੀਆਂ ਤਾਂ ਲਾਜ਼ਮੀ ਹਰਜੀਤ ਸਿੰਘ ਕਿੰਗਰਾ ਤੁਸੀਂ ਵਾਰ ਵਾਰ ਫਿਰ ਖਦਸ਼ਾ ਕਿਉਂ ਜਤਾ ਰਹੇ ਹੋ ਕਿ BJP ਦੁਬਾਰਾ ਆ ਗਈ ਤਾਂ ਦੇਸ਼ ਬਰਬਾਦ ਹੋ ਜੂਗਾ ਤੁਹਾਨੂੰ ਕੋਈ ਸ਼ੱਕ ਹੈ ਦੇਖੋ ਇਹ ਭਾਰਤ ਦੇ ਲੋਕਾਂ ਦਾ ਮੈਂਡੇਟ ਹੈ ਸਿਰ ਮੱਥੇ 'ਤੇ ਉਹ BJP ਨੂੰ ਲਿਆਉਣ ਉਹ ਕਾਂਗਰਸ ਨੂੰ ਲਿਆਉਣ ਲੋਕਾਂ ਦਾ ਮੈਂਡੇਟ ਲੋਕ ਰਾਜ ਦੇ ਵਿੱਚ ਸਿਰ ਮੱਥੇ 'ਤੇ ਸਿਰ ਮੱਥੇ 'ਤੇ ਮੰਨਣਾ ਪਏਗਾ ਇਹ ਲੋਕ ਰਾਜ ਹੈ ਸਾਡਾ ਸਾਡੀ ਇੱਕੋ ਹੀ ਇੱਛਾ ਹੈ ਕਿ ਇਹ ਲੋਕ ਰਾਜ ਇਸੇ ਤਰ੍ਹਾਂ ਕਾਇਮ ਰਹੇ ਇਹਦੀਆਂ ਕੋਈ ਇੱਟਾਂ ਨਾ ਪੱਟੇ ਔਰ ਕੋਈ ਕੋਸ਼ਿਸ਼ ਨਾ ਕਰੇ ਕਿ ਲੋਕ ਰਾਜ ਦੇ ਡਾਟ ਦਾ ਕੀ ਸਟੋਨ ਪੱਟਣ ਦੀ ਕੋਸ਼ਿਸ਼ ਕਰੇ ਕੋਈ ਡਾਟ ਡਿੱਗ ਪੂਗਾ ਔਰ ਡਾਟ ਡਿੱਗਿਆ ਤਾਂ ਕਈ ਵਾਰੀ ਪੱਟਣ ਵਾਲੇ ਦੇ ਉੱਤੇ ਡਿੱਗ ਪੈਂਦਾ ਹੁੰਦਾ ਇਹ ਖਿਆਲ ਰੱਖਣ ਦੀ ਗੱਲ ਹੈ ਬਾਕੀ ਕੋਈ ਗੱਲ ਨਹੀਂ ਹੈ ਲੋਕ ਰਾਜ ਜਿੱਡਾ ਤਕੜਾ ਹੋਊਗਾ ਅਸੀਂ ਖੁਸ਼ ਹਾਂ ਭਾਰਤ ਦੇ ਲੋਕਾਂ ਦਾ ਜੋ ਮੈਂਡੇਟ ਹੋਏਗਾ ਕਾਂਗਰਸ ਪਾਰਟੀ ਹਰਦੀਪ ਸਿੰਘ ਕਿੰਗਰਾ ਸਾਰਾ ਜਿਹੜਾ ਭਾਰਤ ਹੈ ਉਹਨੂੰ ਸਿਰ ਮੱਥੇ 'ਤੇ ਮੰਨੇਗਾ ਸਿਰ ਮੱਥੇ 'ਤੇ ਮੰਨਣਾ ਚਾਹੀਦਾ ਠੀਕ ਹੈ ਚੰਗਾ ਲੱਗੇ ਚਾਹੇ ਨਾ ਲੱਗੇ ਠੀਕ ਹੈ ਮਨਦੀਪ ਸਿੰਘ ਬਾਜਵਾ ਇਹ ਕਹਿ ਰਹੇ ਕਿ ਜੋ ਭਾਰਤ ਦਾ ਮੈਂਡੇਟ ਹੈ ਸਾਰਿਆਂ ਨੂੰ ਮੰਨਣਾ ਚਾਹੀਦਾ ਹੈਗਾ ਭਾਰਤ ਦਾ ਮੈਂਡੇਟ ਤਾਂ ਇਹ ਕਹਿੰਦਾ ਹੈਗਾ ਕਿ ਭਾਰਤ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਰਾਸ਼ਟਰਵਾਦ ਕੀ ਹੁੰਦਾ ਮਨਦੀਪ ਸਿੰਘ ਬਾਜਵਾ ਅਤੇ ਸਾਡੇ ਤਾਂ ਹੁਣ ਇੱਥੇ ਦੱਸਿਆ ਜਾਣ ਲੱਗ ਪਿਆ ਕਿ ਰਾਸ਼ਟਰਵਾਦ ਕੀ ਹੁੰਦਾ ਖਾਸ ਕਰਕੇ ਪੰਜਾਬ ਤਾਂ ਇਹ ਸਵਾਲ ਪੁੱਛਦਾ ਕਿ ਸਾਨੂੰ ਕੋਈ ਨਾ ਸਮਝਾਵੇ ਕਿ ਰਾਸ਼ਟਰਵਾਦ ਕੀ ਹੁੰਦਾ ਬਿਲਕੁਲ ਸਹੀ ਗੱਲ ਹੈ ਜੀ ਜੇ ਲੋਕ ਸ਼ਕਤੀ ਦਾ ਇੱਕ ਪ੍ਰਤੀਕ ਹੈਗਾ ਲੋਕ ਸ਼ਕਤੀ ਦੀ ਨੇ ਆਪਣਾ ਕੰਮ ਵਿਖਾਇਆ ਅਤੇ ਉਹ ਜਿਹੜਾ ਫੈਸਲਾ ਹੈ ਉਹ ਸਾਰਿਆਂ ਨੂੰ ਮੰਨਣਾ ਚਾਹੀਦਾ ਉਹ ਮੰਨਣਗੇ ਵੀ ਸਿੰਘ ਬਾਕੀ ਇਹ ਗੱਲ ਰਾਸ਼ਟਰਵਾਦ ਦੀ ਗੱਲ ਹੈਗੀ ਰਾਸ਼ਟਰਵਾਦ ਹਿੰਦੁਸਤਾਨੀ ਨੂੰ ਦੱਸਣ ਦੀ ਲੋੜ ਹੀ ਨਹੀਂ ਇਹ ਹੁਣ 72 ਸਾਲਾਂ ਤੋਂ ਛੱਡ ਕੇ ਉਸ ਤੋਂ ਪਹਿਲਾਂ ਕਈ 100 ਸਾਲ ਪਹਿਲਾਂ ਰਾਸ਼ਟਰਵਾਦ ਦਾ ਜਿਹੜਾ ਨਾਰਾ ਚੁੱਕ ਕੇ ਅਤੇ ਆਜ਼ਾਦੀ ਲੜਾਈ ਲੜੀ ਗਈ ਹੈ ਜਿਹੜਾ ਬਰਮਾ ਦੇ ਜੰਗਲਾਂ ਵਿੱਚ INA ਕਿਉਂ ਲੜਦੀ ਰਹੀ ਹੈ ਰਾਸ਼ਟਰਵਾਦ ਨੂੰ ਲੈ ਕੇ ਜਿਹੜੇ ਸਾਡੇ ਫੌਜੀ ਦੂਜੇ ਮੁਲਕਾਂ 'ਚ ਲੜਦੇ ਰਹੇ ਨੇ ਉਹ ਵੀ ਰਾਸ਼ਟਰਵਾਦ ਦਾ ਨਾਰਾ ਲੈ ਕੇ ਲੜੇ ਸੀਗੇ
ਤੇ ਜਿਹੜੀ ਆਪਣਾ ਆਜ਼ਾਦੀ ਦੇ ਗੁਲਾਟੀ ਸੀਗੇ ਉਹ ਵੀ ਰਾਸ਼ਟਰਵਾਦ ਦਾ ਨਾਰਾ ਚੁੱਕੇ ਤੇ ਜੇਲ੍ਹਾਂ 'ਚ ਗਏ ਆ, ਪੁਲਿਸ ਦੀ ਡੰਗਾਂ ਖਾਈਆਂ, ਪੁਲਿਸ ਦੀ ਗੋਲੀਆਂ ਦੇ ਸ਼ਿਕਾਰ ਹੋਏ ਨੇ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਉਹ ਵੀ ਰਾਸ਼ਟਰਵਾਦ ਪਿੱਛੇ ਤੇ ਉਹਨਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ। ਹੁਣ ਸਾਨੂੰ ਦੱਸਿਆ ਜਾ ਰਿਹਾ ਕਿ ਵੀ ਇਹ ਰਾਸ਼ਟਰਵਾਦ ਸਾਡੇ ਤੋਂ ਲਓ ਜਾਂ ਇਹ ਜਿਹੜਾ ਤੁਹਾਡਾ ਰਾਸ਼ਟਰਵਾਦ ਗਲਤ ਹੈ ਤੇ ਅਸੀਂ ਅਸਲੀ ਰਾਸ਼ਟਰਵਾਦੀ ਹਾਂ, ਇਹ ਗੱਲ ਜਿਹੜੀ ਹੈ ਨਾ ਇਹ ਗਵਾਰਾ ਨਹੀਂ ਹੈਗੀ। ਬਾਕੀ ਜੇ ਰਹਿ ਗਈ ਆਪਣੀ ਗੱਲ ਪੰਜਾਬ ਦੀ, ਤੇ ਪੰਜਾਬ ਨੂੰ ਕੌਣ ਰਾਸ਼ਟਰਵਾਦ ਬਾਰੇ ਦੱਸ ਸਕਦਾ? ਜਦੋਂ ਵੀ ਕਦੇ ਦੇਸ਼ 'ਤੇ ਸੰਕਟ ਆਈ ਆ, ਜਦੋਂ ਵੀ ਕੋਈ ਖਤਰਾ ਆਇਆ, ਸਭ ਤੋਂ ਵੱਡਾ, ਸਭ ਤੋਂ ਅੱਗੇ ਪੰਜਾਬ ਰਹਿੰਦਾ ਰਿਹਾ। ਹੁਣ ਵੀ ਮੈਨੂੰ ਯਾਦ ਹੈ 2002 'ਚ ਓਪਰੇਸ਼ਨ ਪਰਾਕ੍ਰਮ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਪਾਰਲੀਮੈਂਟ ਦੇ ਹਮਲੇ ਤੋਂ ਬਾਅਦ, ਅਤੇ ਉਦੋਂ ਫੌਜ ਜਦੋਂ ਸਰਹੱਦਾਂ 'ਤੇ ਗਈ ਹੈ ਅਤੇ ਉੱਥੇ ਪਿੰਡਾਂ 'ਚ ਲੋਕ ਇਹ ਕਹਿੰਦੇ ਸੀਗੇ ਵੀ ਆਰ ਪਾਰ ਦੀ ਲੜਾਈ, ਐਤਕੀ ਪਾਕਿਸਤਾਨ ਦਾ ਕਿੱਸਾ ਖਤਮ ਕਰਕੇ ਜਾਓ, ਆਰ ਪਾਰ ਦੀ ਲੜਾਈ। ਆਰ ਹਰ ਇੱਕ ਪਿੰਡ 'ਚ ਇਹੀ ਗੱਲ ਹੁੰਦੀ ਸੀ, ਆਰ ਪਾਰ ਦੀ ਲੜਾਈ, ਆਰ ਪਾਰ ਦੀ ਲੜਾਈ। ਮਗਰ ਅਫਸੋਸ ਹੈ ਕਿ ਉਸ ਮੌਜੂਦਾ ਉਸ ਵੇਲੇ ਦੀ ਸਰਕਾਰ ਨੇ ਸਵਾਏ ਫੌਜ ਨੂੰ ਸਰਹੱਦਾਂ ਤੈਨਾਤ ਕਰਦੇ ਉਸ ਤੋਂ ਅੱਗੇ ਕੁਛ ਨਹੀਂ ਕੀਤਾ। ਚਲੋ ਥੋੜ੍ਹਾ ਜਿਹਾ ਅਪਡੇਟ ਦੇ ਦਈਏ ਦਰਸ਼ਕਾਂ ਨੂੰ। ਪੰਜਾਬ ਦੇ ਵਿੱਚ ਦੋ ਰੁਝਾਨ ਸਾਡੇ ਕੋਲ ਆ ਚੁੱਕੇ, ਇੱਕ ਸੀਟ 'ਤੇ ਬੀਜੇਪੀ ਅੱਗੇ ਚੱਲਦੀ ਪਈ, ਇੱਕ ਸੀਟ 'ਤੇ ਕਾਂਗਰਸ ਅੱਗੇ ਚੱਲਦੀ ਪਈ ਆ, ਕਾਂਗਰਸ ਦੇ ਕੈਂਡੀਡੇਟ ਪ੍ਰਨੀਤ ਕੌਰ ਅੱਗੇ ਚੱਲਦੇ ਪਏ ਆ। ਹਾਂਜੀ ਗਗਨ, ਬ੍ਰਿਗੇਡ ਕਾਲੋ, ਇਹ ਰਾਸ਼ਟਰਵਾਦ ਇਸ ਵੇਲੇ ਕੋਈ ਲੋੜ ਸੀਗੀ? ਜਿਸ ਤਰੀਕੇ ਨਾਲ ਪੂਰਾ ਪੂਰੇ ਇਲੈਕਸ਼ਨ ਨੂੰ ਜਿਸ ਤਰੀਕੇ ਨਾਲ ਇੱਕ ਡਾਇਲੋਗ ਦੇ ਦਿੱਤਾ ਗਿਆ, ਕੈਂਪੇਨ ਨੂੰ ਇੱਕ ਡਾਇਲੋਗ ਦੇ ਦਿੱਤਾ ਗਿਆ ਕਿ ਰਾਸ਼ਟਰਵਾਦ ਦੇ ਮੁੱਦੇ 'ਤੇ ਲੜਿਆ ਜਾਵੇ, ਦੇਸ਼ ਭਗਤੀ ਦੇ ਮੁੱਦੇ ਲੜਿਆ ਜਾਵੇ, ਦੇਸ਼ ਨੂੰ ਸੁਰੱਖਿਅਤ ਹੱਥਾਂ ਵਿੱਚ ਰੱਖਣਾ, ਇਹ ਸਾਰਾ ਜਿਹੜਾ ਡਾਇਲੋਗ ਸੀਗਾ ਪੂਰੇ ਇਲੈਕਸ਼ਨ ਦੌਰਾਨ, ਇਸ ਦੀ ਕੋਈ ਲੋੜ ਲੱਗ ਰਹੀ ਸੀ ਇਸ ਇਲੈਕਸ਼ਨ ਵਿੱਚ? ਇਹ ਤਾਂ ਬਿਲਕੁਲ ਲੋੜ ਨਹੀਂ ਸੀਗੀ। ਲੋੜ ਇਹਨਾਂ ਨੇ ਕਿਉਂ ਮਹਿਸੂਸ ਕੀਤੀ? ਜੇ ਕੋਈ ਬੇਇਨਸਾਫੀ ਦੇ ਖਿਲਾਫ ਜਾਂ ਕੋਈ ਇੱਕ ਓਪੋਜ਼ਿੰਗ ਦੀ ਆਈਡੀਆਜ਼ ਦੇ ਕੋਈ ਆਵਾਜ਼ ਬੁਲੰਦ ਕਰਦਾ ਹੈ ਜਾਂ ਕੋਈ ਮਿਨੋਰਿਟੀ ਕਮਿਊਨਿਟੀਜ਼ ਵਾਲਾ ਕੋਈ ਆਪਣੇ ਮੁੱਦੇ ਪੇਸ਼ ਕਰਦਾ ਹੈ, ਜਾਂ ਉਹ ਕਹਿੰਦਾ ਕਿ ਭਾਈ ਤੁਸੀਂ ਮਹਾਤਮਾ ਗਾਂਧੀ ਨੂੰ ਕਿਉਂ ਬਲੇਮ ਕਰਦੇ ਹੋ ਜਿਹਨੇ ਇੰਨਾ ਸਭ ਕੁਝ ਕੁਰਬਾਨ ਕੀਤਾ, ਅਤੇ ਉਹਨੂੰ ਤਾਂ ਫਿਰ ਇਹ ਰਾਸ਼ਟਰਵਾਦੀ ਗੈ ਇਹ ਰਾਸ਼ਟਰਵਾਦੀ ਨਹੀਂ। ਰਾਸ਼ਟਰਵਾਦ ਦਾ ਨਮੂਨਾ ਮੈਂ ਪੰਜਾਬ ਦੀ ਅਗਰ ਗੱਲ ਕਰਾਂ, ਪੈਣ ਦੇ ਵਿੱਚ ਸਿਰਫ ਫੌਜ ਨਹੀਂ, ਉਹ ਪਿੰਡ ਵਾਸੀਆਂ ਨੂੰ, ਉਹਨਾਂ ਮਾਵਾਂ ਨੂੰ, ਉਹ ਜਿਨ੍ਹਾਂ ਨੇ ਕਿ ਰੋਟੀਆਂ ਬਣਾ ਬਣਾ ਕੇ ਲੰਗਰਾਂ 'ਚ ਅੱਗੇ ਭੇਜੀਆਂ, ਉਹ ਹੈ ਰਾਸ਼ਟਰਵਾਦ। ਟਰੱਕਾਂ ਵਾਲੇ ਉੱਥੇ ਆਏ, ਉਹ ਸਾਜੋ ਸਮਾਨ ਅਮਨੀਸ਼ਨ ਢੋਂਦੇ ਰਹੇ। ਜੇਕਰ ਜਦੋਂ ਵੀ ਦੇਸ਼ ਨੂੰ ਵੰਗਾਰਿਆ ਕਿਸੇ ਵੀ ਵਿਦੇਸ਼ੀ ਸ਼ਕਤੀਆਂ ਨੇ, ਤਾਂ ਉਦੋਂ ਪੂਰੇ ਦੇਸ਼ ਵਾਸੀ ਖਾਸ ਤੌਰ 'ਤੇ ਪੰਜਾਬ 'ਤੇ ਪਹਿਲਾਂ ਅਨਡਿਵਾਈਡਡ ਪੰਜਾਬ 'ਤੇ ਹਮਲੇ ਹੁੰਦੇ ਰਹੇ, ਅਤੇ ਸਾਰੇ ਇੱਕਜੁੱਟ ਹੋ ਕੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਉਹ ਸਭ ਤੋਂ ਜ਼ਿਆਦਾ ਕੁਰਬਾਨੀਆਂ ਅਗਰ ਆਜ਼ਾਦੀ ਵਾਸਤੇ ਜੇ ਕਿਸੇ ਨੇ ਦਿੱਤੀਆਂ ਨੇ, ਤਾਂ ਉਹ ਸਭ ਤੋਂ ਜ਼ਿਆਦਾ ਪੰਜਾਬੀਆਂ ਨੇ ਦਿੱਤੀਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ, ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ। ਆਜ਼ਾਦੀ ਲੈਣਾ ਇੱਕ ਪਹਿਲੂ, ਮਗਰ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਫੌਜ ਨੇ ਕੁਰਬਾਨੀਆਂ ਦਿੱਤੀਆਂ ਨੇ। ਤਕਰੀਬਨ 20,000 ਫੌਜੀ 47 ਤੋਂ ਲੈ ਕੇ, ਮੈਂ ਸਿਰਫ ਕਾਰਗਲ ਦੇ ਟਾਈਮ ਦੀ ਗੱਲ ਕਰਦੀ ਹਾਂ ਜਿਹੜੇ ਕਿ ਡੇਟੇ ਸਾਡੇ ਕੋਲ ਹੈਗੇ ਨੇ, ਉਹ ਫੌਜ ਨੇ ਕੁਰਬਾਨੀਆਂ ਦਿੱਤੀਆਂ। 34-35,000 ਜ਼ਖਮੀ ਹੋ ਗਏ, ਕਈ ਅਭੀ ਹਾਲੇ ਵੀ ਜਿਹੜੇ ਕਿ 54 ਜੰਗੀ ਕੈਦੀ ਸਨ, ਉਹ ਉੱਥੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਹੀ ਖੱਜਲ ਖੁਆਰ ਹੋ ਗਏ। ਅਤੇ ਉਹ ਰਾਸ਼ਟਰ ਦੀ ਖਾਤਰ, ਦੇਸ਼ ਦੀ ਏਕਤਾ, ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਖਾਤਰ ਅੱਜ ਗੱਲ ਹੋ ਰਹੀ ਹੈ। ਅੱਜ ਗੱਲ ਹੋ ਰਹੀ ਹੈ ਕਿ ਬਾਈ ਇਹ ਕੋਈ ਆਵਾਜ਼ ਬੁਲੰਦ ਕਰਦਾ, ਹੱਕ ਹਾਸਲ ਹੈ। ਜੇ ਕੋਈ ਇੱਕ ਪਾਲਿਸੀ, ਮੋਦੀ ਦੀ ਪਾਲਿਸੀ ਨਾ ਲੈ ਕੇ ਦੱਸ ਦਿਆਂ, ਤੇ ਉਹ ਥੋੜ੍ਹਾ ਜਿਹਾ ਅਪਡੇਟ ਦੇ ਦਈਏ। ਹਿਮਾਚਲ 'ਚ ਇੱਕ ਸੀਟ 'ਤੇ ਅੱਗੇ ਚੱਲ ਰਹੀ ਹੈ ਬੀਜੇਪੀ, ਹਰਿਆਣਾ 'ਚ ਵੀ ਇੱਕ ਸੀਟ 'ਤੇ ਅੱਗੇ ਚੱਲਦੀ ਪਈ ਬੀਜੇਪੀ ਅੱਗੇ ਚੱਲਦੀ ਪਈ ਇਹਦੀਆਂ ਖਬਰਾਂ ਆ ਰਹੀਆਂ ਸਾਡੇ ਕੋਲ ਵਾਰ ਵਾਰ। ਗਗਨ, ਬਿਲਕੁਲ, ਇਸ ਵੇਲੇ ਜਿਹੜਾ ਸ਼ੁਰੂਆਤੀ ਰੁਝਾਨ ਹੈ ਇਹ ਅਸੀਂ ਆਪਣੇ ਦਰਸ਼ਕਾਂ ਨੂੰ ਦੱਸੀਏ ਕਿ ਰੁਝਾਨ ਜਿਹੜੇ ਹੁੰਦੇ ਉਹ ਟ੍ਰੈਂਡ ਜਿਹੜੇ ਹੁੰਦੇ ਉਹ ਜਿਵੇਂ ਜਿਵੇਂ ਵੋਟਿੰਗ ਅੱਗੇ ਅੱਗੇ ਚੱਲ ਜਾਏਗੀ, ਕਾਊਂਟਿੰਗ ਜਿਹੜੀ ਅੱਗੇ ਚੱਲਦੀ ਜਾਏਗੀ, ਜਿੰਨੇ ਰਾਊਂਡ ਅੱਗੇ ਚੱਲਦੇ ਜਾਣਗੇ ਉਸ ਦੇ ਵਿੱਚ ਫਰਕ ਵੀ ਜਿਹੜਾ ਹੈਗਾ ਉਹ ਵੀ ਪੈ ਸਕਦਾ, ਅੱਗੇ ਵਾਲੇ ਪਿੱਛੇ ਵੀ ਹੋ ਸਕਦਾ, ਪਿੱਛੇ ਵਾਲੇ ਅੱਗੇ ਵੀ ਜਾ ਸਕਦੇ ਆ, ਪਰ ਸ਼ੁਰੂਆਤੀ ਰੁਝਾਨ ਜਿਹੜੇ ਆ ਰਹੇ ਉਸ ਦੇ ਵਿੱਚ ਕਿਤੇ ਨਾ ਕਿਤੇ ਵਾਧਾ ਮਿਲਦਾ ਨਜ਼ਰ ਆ ਰਿਹਾ ਬੀਜੇਪੀ ਨੂੰ। ਹਰਜੀਤ ਭੁੱਲਰ, ਰਾਸ਼ਟਰਵਾਦ ਦੀ ਲੋੜ ਨਹੀਂ ਸੀ ਔਰ ਉਸ ਦੇ ਬਾਵਜੂਦ ਸਾਰਾ ਇਲੈਕਸ਼ਨ ਤੁਹਾਡੀ ਪਾਰਟੀ ਰਾਸ਼ਟਰਵਾਦ ਦੇ ਮੁੱਦੇ 'ਤੇ ਲੜਦੀ ਹੈ, ਬਾਕੀ ਇਸ਼ੂਜ਼ ਕਿਤੇ ਮਿਸਿੰਗ ਜੇ ਨਜ਼ਰ ਆਏ? ਦੇਖੋ ਗੱਲ ਪੂਰੇ ਦੇ ਪੂਰੇ ਇਲੈਕਸ਼ਨ ਵਿੱਚ ਗੱਲ ਇਸ ਤਰ੍ਹਾਂ ਹੈ ਕਿ ਰਾਸ਼ਟਰਵਾਦ ਨੂੰ ਸ਼ਾਇਦ ਅਸੀਂ ਇੱਕੋ ਕੇਂਦਰ ਬਿੰਦੂ ਕਰ ਲਿਆ ਹੈਗਾ ਕਿ ਰਾਸ਼ਟਰਵਾਦ ਸਿਰਫ ਬਾਰਡਰ ਹੈ, ਇਕੱਲਾ ਬਾਰਡਰ ਨਹੀਂ ਹੈ। ਪੰਜਾਬ 'ਚ ਰਾਸ਼ਟਰਵਾਦ ਅਸੀਂ ਗਿਣਦੇ ਹਾਂ ਜਦੋਂ ਸਾਡੀ ਅੰਗਰੇਜ਼ਾਂ ਨਾਲ ਲੜਾਈ ਹੋਈ, ਦੇਸ਼ ਦੀ ਆਜ਼ਾਦੀ ਹੋਈ, ਰਾਸ਼ਟਰਵਾਦ ਤਾਂ ਗੁਰੂ ਗੋਬਿੰਦ ਸਿੰਘ ਦੇ ਟਾਈਮ ਵੀ ਸੀਗੇ, ਰਾਸ਼ਟਰਵਾਦ ਤਾਂ ਉਸ ਤੋਂ ਪਹਿਲਾਂ ਵੀ ਸੀਗਾ ਜਦੋਂ ਜਿਹੜੇ ਬਾਕੀ ਰਾਜੇ ਸੀ ਸਿਰਫ ਆਪਣੀ ਜਿਹੜੀ ਰਿਆਸਤਾਂ ਸੀ ਉਹਨਾਂ ਨੂੰ ਬਚਾਉਂਦੇ ਸੀਗੇ, ਔਰ ਪੰਜਾਬ ਐਸੀ ਐਸੀ ਜਗ੍ਹਾ ਸੀ ਜਿਹੜਾ ਇਹ ਵਾਲਾ ਬਾਰਡਰ ਏਰੀਆ ਐਸਾ ਸੀਗਾ ਜਿਹੜਾ ਪੰਜਾਬ ਵਿੱਚ ਰਾਸ਼ਟਰਵਾਦ ਚੱਲਿਆ ਨਹੀਂ ਨਾ। ਪੁੱਲਰ ਸਾਹਿਬ, ਬੜਾ ਸਿੰਪਲ ਜਿਹਾ ਸਵਾਲ ਹੈ ਮੇਰਾ, ਪੰਜਾਬ ਵਿੱਚ ਨਹੀਂ, ਪੁੱਲਰ ਸਾਹਿਬ ਸਿੰਪਲ ਜਿਹਾ ਸਵਾਲ ਹੈ, ਪੰਜਾਬ ਵਿੱਚ ਤੁਹਾਡਾ ਰਾਸ਼ਟਰਵਾਦ ਦਾ ਨਾਰਾ ਨਹੀਂ ਚੱਲਿਆ?
ਮੈਂ ਕਹਿੰਦਾ ਨਹੀਂ ਸਾਰੇ ਹਿੰਦੁਸਤਾਨ ਚੱਲਿਆ ਔਰ ਹਰ ਘਰ ਦੇ ਵਿੱਚ ਜਵਾਬ ਦੇਣ ਦੋ ਹਾਂ ਬੋਲੋ ਤੁਸੀਂ ਸਵਾਲ ਚੋਂ ਸਵਾਲ ਕੱਢਣ ਦੀ ਕੋਸ਼ਿਸ਼ ਕਰਦੇ ਹੋ ਪਹਿਲਾਂ ਜਵਾਬ ਸੁਣ ਲਓ ਸਵਾਲ ਸਵਾਲ ਕਰ ਲਓ ਪੰਜਾਬ ਦੇ ਵਿੱਚ ਮੈਂ ਸਿੰਪਲ ਸਵਾਲ ਕਰ ਰਿਹਾ ਕਿ ਪੰਜਾਬ ਦੇ ਠੋਕੇ ਰਾਸ਼ਟਰਵਾਦ ਦਾ ਨਾਰਾ ਚੱਲਿਆ ਇਹ ਕੋਈ ਡਾਊਟ ਨਹੀਂ ਹੈ ਕਿਉਂਕਿ ਰਾਸ਼ਟਰਵਾਦ ਸਭ ਤੋਂ ਵੱਡਾ ਜਿਹੜਾ ਪੰਜਾਬ ਦੇ ਵਿੱਚ ਹੈ ਔਰ ਰਾਸ਼ਟਰਵਾਦ ਇਕੱਲਾ ਬਾਰਡਰ ਉੱਤੇ ਨਹੀਂ ਹੈ ਰਾਸ਼ਟਰਵਾਦ ਤੁਹਾਡੇ ਘਰ ਦੀ ਸਫਾਈ 'ਚ ਵੀ ਹੈ ਰਾਸ਼ਟਰਵਾਦ ਤੁਸੀਂ ਸਿਰਫ ਬਾਰਡਰ 'ਤੇ ਲਿਆ ਕੇ ਖੜਾ ਕਰਤਾ ਚਾਹੇ ਓਪੋਜੀਸ਼ਨ ਹੈ ਚਾਹੇ ਤੁਸੀਂ ਮੀਡੀਆ ਹੋ ਰਾਸ਼ਟਰਵਾਦ ਅੱਜ ਹਰ ਚੀਜ਼ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਨੇ ਐਨਡੀਏ ਨੇ ਰਾਸ਼ਟਰਵਾਦ ਨੂੰ ਸਫਾਈ ਤੋਂ ਲੈ ਕੇ ਔਰ ਫੌਜ ਤੱਕ ਹਰ ਜਗ੍ਹਾ 'ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰਾਸ਼ਟਰਵਾਦ ਉਹ ਵੀ ਹੈ ਕਿ ਜਿਹੜਾ ਤੁਸੀਂ ਗੰਦ ਪਾਉਂਦੇ ਹੋ ਸਵੱਛਤਾ ਜਿਹੜੀ ਹੈਗੀ ਹੈ ਉਹਨੂੰ ਵੀ ਰਾਸ਼ਟਰਵਾਦ 'ਚ ਲੈ ਕੇ ਆਓ ਆਪਣੇ ਦੇਸ਼ ਦੇ ਪ੍ਰਤੀ ਇੱਕ ਨਿਸ਼ਠਾ ਰੱਖੋ ਕਿ ਦੇਸ਼ ਨੂੰ ਸਾਫ਼ ਵੀ ਰੱਖਣਾ ਹੈ ਦੇਸ਼ ਦੇ ਦਰਖਤ ਵੀ ਲਾਉਣੇ ਹੈ ਦੇਸ਼ ਦੇ ਪ੍ਰਤੀ ਤੁਹਾਡਾ ਇੱਕ ਪਿਆਰ ਹੋਣਾ ਚਾਹੀਦਾ ਦੇਸ਼ ਦੇ ਪ੍ਰਤੀ ਤੁਹਾਡਾ ਇੱਕ ਵਿਸ਼ਵਾਸ ਹੋਣਾ ਚਾਹੀਦਾ ਲੇਕਿਨ ਇੱਥੇ ਹਾਲਾਤ ਇਹ ਨੇ ਸਾਡੇ ਦੇਸ਼ ਦੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਨਿਸ਼ਠਾ ਨਹੀਂ ਰੱਖਦੇ ਦੇਸ਼ ਦੇ ਅਗੇਂਸਟ ਹੀ ਬੋਲਦੇ ਨੇ ਉਹਦੇ ਖਿਲਾਫ਼ ਬੋਲਦੇ ਨੇ ਹਮੇਸ਼ਾ ਚਾਹੇ ਕੋਈ ਚੀਜ਼ ਚੰਗੀ ਹੁੰਦੀ ਹੈ ਉਹਨਾਂ ਦੇ ਮੂੰਹ 'ਚ ਕਦੀ ਇਹ ਨਹੀਂ ਨਿਕਲਦਾ ਚੰਗਾ ਕੀਤਾ ਗਿਆ ਹਮੇਸ਼ਾ ਉਹਨਾਂ ਨੂੰ ਉਹ 'ਚ ਵੀ ਮਾੜ ਨਜ਼ਰ ਆਉਂਦੀ ਹੈ ਅਗਰ ਅੱਜ ਸਾਫ਼ ਸੁਥਰੇ ਤਰੀਕੇ ਨਾਲ ਇਲੈਕਸ਼ਨਾਂ ਹੋਈਆਂ ਅੱਜ ਵੈਸਟ ਬੰਗਾਲ ਦੇ ਦੰਗੇ ਫਸਾਦ ਕੀਤੇ ਗਏ ਕੋਈ ਵੀ ਇਹ ਕਹਿਣ ਨੂੰ ਤਿਆਰ ਨਹੀਂ ਕਿ ਉੱਥੇ ਮਮਤਾ ਬੈਨਰਜੀ ਜਿਹੜੀ ਹੈ ਗਲਤ ਕਰ ਰਹੀ ਹੈਗੀ ਹੈ ਅੱਜ ਇੱਕ ਕੰਟਰੀ ਦੇ ਵਿੱਚ ਇੱਕ ਹੋਰ ਕੰਟਰੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾ ਰਹੀ ਹੈ ਉੱਥੇ ਕੋਈ ਓਪੋਜੀਸ਼ਨ ਦਾ ਬੰਦਾ ਜਾਂ ਕੋਈ ਬੁੱਧੀਜੀਵੀ ਬੋਲਣ ਨੂੰ ਤਿਆਰ ਨਹੀਂ ਕਿ ਉੱਥੇ ਆਹ ਚੀਜ਼ ਕੀਤੀ ਜਾ ਰਹੀ ਹੈ ਲੇਕਿਨ ਉਸ ਤਰ੍ਹਾਂ ਰਾਸ਼ਟਰਵਾਦ ਦਾ ਨਾਰਾ ਲਾਉਂਦੇ ਉੱਥੇ ਰਾਸ਼ਟਰਵਾਦ ਕਿੱਥੇ ਚਲਾ ਜਾਂਦਾ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਹਿੰਸਾ ਤੁਸੀਂ ਗੱਲ ਕਰ ਰਹੇ ਹੋ ਹਰਜੀਤ ਭੁੱਲਰ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਦੇ ਲਈ ਸਿਰਫ ਮਮਤਾ ਬੈਨਰਜੀ ਜ਼ਿੰਮੇਵਾਰ ਹੈ ਸਿਰਫ ਮਮਤਾ ਬੈਨਰਜੀ ਦੇਖੋ ਜਿੱਦਣ ਮਮਤਾ ਬੈਨਰਜੀ ਉੱਥੇ ਲੜਾਈ ਲੜ ਰਹੀ ਸੀ ਆਪਣੇ ਹੌਂਦ ਬਣਾਉਣ ਲਈ ਉੱਥੇ ਉਸ ਟਾਈਮ ਵੀ ਇਹੀ ਹਾਲਾਤ ਸੀਗੇ ਲੇਕਿਨ ਉਦੋਂ ਕਰਨ ਵਾਲੇ ਦੂਸਰੇ ਸੀ ਅੱਜ ਫਿਰ ਉਹੀ ਹਾਲਾਤ ਨੇ ਹੁਣ ਬੀਜੇਪੀ ਆਪਣੀ ਹੋਂਦ ਬਣਾਉਣ ਲਈ ਲੜਾਈ ਲੜ ਰਹੀ ਹੈ ਅੱਜ ਵੀ ਉਹੀ ਹਾਲਾਤ ਉੱਥੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਲਾਤ ਉਹੀ ਨੇ ਸਿਰਫ ਚਿਹਰੇ ਚੇਂਜ ਹੋਏ ਨੇ ਹਰਜੀਤ ਭੁੱਲਰ ਅੱਜ ਬੀਜੇਪੀ ਆਪਣੀ ਹੋਂਦ ਬਣਾਉਣ ਦੇ ਲਈ ਲੜਾਈ ਲੜ ਰਹੀ ਹੈ ਉੱਥੇ ਤਾਂ ਵੀ ਇਹੀ ਹਾਲਾਤ ਨੇ ਮਰ ਕੌਣ ਰਿਹਾ ਬੀਜੇਪੀ ਦਾ ਵਰਕਰ ਮਰ ਕੌਣ ਰਿਹਾ ਸੰਘ ਦੇ ਕਾਰਜਕਰਤਾ ਟੀਐਮਸੀ ਦਾ ਕੋਈ ਨਹੀਂ ਮਰ ਰਿਹਾ ਔਰ ਮਾਰ ਕੌਣ ਰਿਹਾ ਟੀਐਮਸੀ ਵਾਲੇ ਤੁਸੀਂ ਇਹ ਕਿਉਂ ਨਹੀਂ ਕਹਿਣਾ ਚਾਹੁੰਦੇ ਏਸੀ ਨੂੰ ਬੰਨਣਾ ਕਿਉਂ ਨਹੀਂ ਚਾਹੁੰਦੇ ਠੀਕ ਹੈ ਹਰਦੀਪ ਗਿਰਾ ਮਮਤਾ ਬੈਨਰਜੀ ਜ਼ਿੰਮੇਵਾਰ ਹੈ ਹਿੰਸਾ ਦੇ ਲਈ ਦੇਖੋ ਜੀ ਮਮਤਾ ਬੈਨਰਜੀ ਉਸ ਤਰ੍ਹਾਂ ਦੀ ਲੀਡਰ ਹੈ ਜਿਹਦੇ ਘਰੇ ਭਾਰਤ ਦੇ ਭੂਤਪੂਰਵ ਪ੍ਰਧਾਨ ਮੰਤਰੀ ਬਹੁਤ ਹੀ ਅਹੁਦਾ ਉਹਨਾਂ ਦਾ ਸਟੈਚਰ ਜਿਹੜਾ ਹੈ ਉਹਦੇ ਨਾਲੋਂ ਵੀ ਉੱਚਾ ਸੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਮੈਂ ਸਿਰ ਝੁਕਾਉਂਦਾ ਉਹਨਾਂ ਸਾਹਮਣੇ ਚਾਹੇ ਉਹ ਬੀਜੇਪੀ ਦੇ ਲੀਡਰ ਸਨ ਉਹ ਇੱਕ ਪਿਲਗ੍ਰੀਮੇਜ ਟਾਈਪ ਮਮਤਾ ਬੈਨਰਜੀ ਦੇ ਘਰੇ ਗਏ ਕਿ ਝੁੱਗੀਆਂ 'ਚ ਉੱਠੀ ਕਿੱਥੇ ਅੱਪੜੀ ਬਹੁਤ ਘੱਟ ਸਿਆਸਤਦਾਨ ਨੇ ਜਿਨ੍ਹਾਂ ਦੀ ਪ੍ਰਸ਼ੰਸਾ ਅਟਲ ਬਿਹਾਰੀ ਵਾਜਪੇਈ ਜੀ ਨੇ ਕੀਤੀ ਹੈ ਉਹਨਾਂ ਵਿੱਚੋਂ ਸਭ ਤੋਂ ਅੱਬਲ ਦਰਜੇ ਦੀ ਸਿਆਸਤਦਾਨ ਸ਼੍ਰੀਮਤੀ ਮਮਤਾ ਸ਼੍ਰੀ ਮਮਤਾ ਬੈਨਰਜੀ ਹੈ ਅਤੇ ਅੱਜ ਜੇ ਬੀਜੇਪੀ ਮਮਤਾ ਬੈਨਰਜੀ ਨੂੰ ਗਾਲਾਂ ਕੱਢਦੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਗਾ ਕਿ ਮਮਤਾ ਬੈਨਰਜੀ ਬਦਲ ਗਈ ਹੈ ਇਹ ਬੀਜੇਪੀ ਬਦਲ ਗਈ ਹੈ ਤੁਹਾਡੇ ਲੀਡਰ ਉੱਥੇ ਦੇਖੋ ਮੇਰੀ ਪੂਰਾ ਕਰ ਲਓ ਪੂਰਾ ਕਰ ਲਓ ਆਰਗੂਮੈਂਟ ਪੂਰੇ ਗੱਲ ਵੀ ਸੁਣ ਲਓ ਜਿਸ ਇਨਸਾਨ ਤੁਹਾਡੇ ਲੀਡਰ ਉੱਥੇ ਆ ਕਹਿੰਦੇ ਆ ਕਿ ਇਸ ਸੂਬੇ ਦੀ ਮਹਿਲਾ ਮੁੱਖ ਮੰਤਰੀ ਹੈ ਜਿੱਥੇ ਸਭ ਤੋਂ ਜ਼ਿਆਦਾ ਬਲਾਤਕਾਰ ਹੋ ਰਿਹਾ ਨਹੀਂ ਦੇਖੋ ਮੇਰੀ ਗੱਲ ਸੁਣੋ ਅਗਲੀ ਗੱਲ ਮੈਂ ਤੁਹਾਨੂੰ ਦੱਸਦਾ ਜਿਸ ਬੰਦੇ ਨੇ ਭਾਰਤ ਦੇ ਵਿੱਚ ਬੀਜੇਪੀ ਜੁਆਇਨ ਕੀਤੀ ਉਹਨੇ ਕਦੇ ਨਹੀਂ ਛੱਡੀ ਸਭ ਤੋਂ ਵੱਧ ਲੋਕਾਂ ਨੇ ਜੇ ਬੀਜੇਪੀ ਛੱਡੀ ਦਿੱਗਜ ਲੋਕਾਂ ਨੇ ਤਾਂ ਉਹ ਪਿਛਲੇ 5 ਸਾਲਾਂ ਛੱਡੀ ਇਹਦਾ ਮਤਲਬ ਬਦਲ ਮਮਤਾ ਬੈਨਰਜੀ ਨਹੀਂ ਰਹੀ ਬਦਲ ਤਾਂ ਬੀਜੇਪੀ ਰਹੀ ਹੈ ਕਿੱਧਰ ਨੂੰ ਜਾ ਰਹੀ ਹੈ ਬੀਜੇਪੀ ਅੱਜ ਬੀਜੇਪੀ ਨੇ ਇਲੈਕਸ਼ਨ ਮੋਦੀ ਦੇ ਨਾਂ 'ਤੇ ਲੜਿਆ ਪਾਰਟੀ ਦੇ ਨਾਂ 'ਤੇ ਨਹੀਂ ਲੜਿਆ ਜੇ ਜਿੱਤਿਆ ਤਾਂ ਮੋਦੀ ਜਿੱਤੇਗਾ ਹਾਰਿਆ ਤਾਂ ਮੋਦੀ ਜਿੱਤੇਗਾ ਬੀਜੇਪੀ ਪਾਸੇ ਹੈ ਇੱਕ ਵੀ ਪੋਸਟ ਦਿਖਾਓ ਬੀਜੇਪੀ ਦਾ ਪੰਜਾਬ ਵਿੱਚ ਇੱਕ ਮਿੰਟ ਪਲੀਜ਼ ਬੋਲਰ ਸਾਹਿਬ ਬੀਜੇਪੀ ਦਾ ਪੋਸਟ ਦਿਖਾਓ ਗਲਤ ਆਕਣੇ ਨਾ ਦੋ ਬੀਜੇਪੀ ਤੇ ਕਦੀ ਕਲਿਆਣ ਸਿੰਘ ਨੇ ਵੀ ਛੱਡੀ ਸੀ ਉਮਾ ਭਾਰਤੀ ਛੱਡੀ ਸੀ ਉਦੋਂ ਮੋਦੀ ਕਿੱਥੇ ਸੀ ਪੰਜਾਬ ਵਿੱਚ ਵੀ ਇੱਕ ਮਿੰਟ ਬੋਲਰ ਸਾਹਿਬ ਤੁਸੀਂ ਆਪਣਾ ਫਿਕਰ ਕਰੋ ਕਾਂਗਰਸ ਦਾ ਜੇ ਤੁਹਾਡੇ ਐਨ ਕੇ ਤਿਵਾੜੀ ਵਰਗੇ ਗਏ ਜਿਹਦੇ ਵਿੱਚੋਂ ਦੀ ਤੁਹਾਡੇ ਸ਼ਰਦ ਪਵਾਰ ਵਰਗੇ ਗਏ ਜੇ ਅਰਜੁਨ ਸਿੰਘ ਵਰਗੇ ਗਏ ਆਉਂਦੇ ਜਾਂਦੇ ਰਹਿੰਦੇ ਫਿਰ ਬਾਕੀ ਪਾਰਟੀ ਵੀ ਆਉਂਦੇ ਭੁੱਲਰ ਸਾਹਿਬ ਕਾਂਗਰਸ ਸਾਹਿਬ ਪੰਜਾਬ ਵਿੱਚ ਜੇ ਤੁਹਾਨੂੰ ਵੱਧ ਸੀਟਾਂ ਆਉਣਗੀਆਂ ਜੇ ਮਿਸ਼ਨ 13 ਤੁਹਾਡਾ ਫਤਿਹ ਹੁੰਦਾ ਜੋ 8-10 ਜਿੰਨੀਆਂ ਵੀ ਤੁਸੀਂ ਲੈਂਦੇ ਹੋ ਸੇਰਾ ਕੈਪਟਨ ਸਾਹਿਬ ਨੂੰ ਜਾਂਦਾ ਕਾਂਗਰਸ ਨੂੰ ਤਾਂ ਨਹੀਂ ਜਾਊਗਾ ਦੇਖੋ ਮੇਰੀ ਗੱਲ ਸੁਣੋ ਇਵੇਂ ਉਹ ਕਰਦੇ ਮੇਰੀ ਗੱਲ ਦੁਬਾਰਾ ਸੁਣੋ ਇੱਕ ਤੁਸੀਂ ਪੰਜਾਬ ਦੇ ਵਿੱਚ ਮੈਂ ਸਾਰਾ ਭ੍ਰਮਣ ਕਰਕੇ ਆਇਆ ਤੁਸੀਂ ਪੋਸਟਰ ਵੇਖੋ ਅਕਾਲੀ ਦਲ ਵੀ ਬੀਜੇਪੀ ਦੇ ਨਹੀਂ ਨਾਂ 'ਤੇ ਇਲੈਕਸ਼ਨ ਲੜ ਰਿਹਾ ਉਹ ਮੋਦੀ ਦੇ ਨਾਂ 'ਤੇ ਲੜ ਰਿਹਾ ਹਰ ਅਕਾਲੀ ਦਲ ਦੇ ਕੈਂਡੀਡੇਟ ਦਾ ਪੋਸਟਰ ਇਸ ਵਾਰ ਮੋਦੀ ਸਰਕਾਰ ਕੀ ਗੱਲ ਜੇ ਮੋਦੀ ਜੀ ਤੋਂ ਬਾਅਦ ਇਹਦਾ ਮਤਲਬ ਬੀਜੇਪੀ ਸਿਰਫ ਮੋਦੀ ਦੀ ਸਰਕਾਰ ਹੋਏਗੀ
ਜੇ ਇਹ ਕਿਉਂ ਨਹੀਂ ਕਹਿੰਦੇ ਬੀਜੇਪੀ ਦੀ ਸਰਕਾਰ, ਕਾਂਗਰਸ ਸਿਰਫ ਰਾਹੁਲ ਦੀ ਰਹਿ ਗਈ ਹੈ, ਅਸੀਂ ਬਿਲਕੁਲ ਨਹੀਂ ਸਵਾਇ ਕਿਹਾ ਪੋਸਟਰ ਨਹੀਂ, ਇਸ ਤਰ੍ਹਾਂ ਕਰੋ ਅੱਜ ਇੰਦਰਾ ਗਾਂਧੀ ਕਿਤੇ ਨਹੀਂ ਹੈ, ਨਹਿਰੂ ਕਿਤੇ ਨਹੀਂ, ਸਿਰਫ ਰਾਹੁਲ ਗਾਂਧੀ ਹੈ, ਮੋਦੀ ਕਿਉਂ ਭੁੱਲਰ, ਤੁਸੀਂ ਇੱਕ ਵਾਰ ਬਾਰ-ਬਾਰ ਕਹਿ ਰਹੇ ਹੋ, ਤੁਸੀਂ ਆਪਣੀ ਪਾਰਟੀ ਦਾ ਫਿਕਰ ਕਰੋ, ਸਾਡਾ ਫਿਕਰ ਕਰਨਾ ਛੱਡ ਦਿਓ, ਤੁਸੀਂ ਰਾਹੁਲ ਗਾਂਧੀ ਨੂੰ ਕਿਸੇ ਪ੍ਰਧਾਨ ਮੰਤਰੀ ਬਣਾਓ, ਉਸ ਦਾ ਫਿਕਰ ਕਰੋ। ਵੀਰ ਮੇਰੇ, ਤੂੰ ਮੈਨੂੰ ਇੱਕ ਵੀ ਪੋਸਟਰ ਦਿਖਾ ਦੇ ਪੂਰੇ ਮੁਲਕ ਜਿੱਥੇ ਰਾਹੁਲ ਗਾਂਧੀ ਦਾ ਲਿਖਿਆ ਪ੍ਰਧਾਨ ਮੰਤਰੀ ਜਾਂ ਲਿਖਿਆ ਹੋਵੇ ਸਰਕਾਰ ਰਾਹੁਲ ਗਾਂਧੀ ਦੀ, ਕਿਉਂ ਨਹੀਂ? ਪ੍ਰੇਮ ਸਿੰਘ ਚੰਦੂਮਾਜਰਾ ਅੱਗੇ ਚੱਲ ਰਿਹਾ ਆਨੰਦਪੁਰ ਸਾਹਿਬ ਸੀਟ ਤੋਂ। ਪ੍ਰੇਮ ਸਿੰਘ ਚੰਦੂਮਾਜਰਾ ਦਾ ਮੁਕਾਬਲਾ ਮਨੀਸ਼ ਤਿਵਾਰੀ ਦੇ ਨਾਲ ਹੈ ਅਤੇ ਮੁਕਾਬਲੇ 'ਚ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈਗੀ ਇਸ ਵੇਲੇ ਸ਼ੁਰੂਆਤੀ ਰੁਝਾਨ ਨੇ ਸੈਕਿੰਡ ਪੋਜੀਸ਼ਨ 'ਤੇ ਹੈਗੀ, 593 ਵੋਟਾਂ ਅੱਗੇ ਚੱਲਦੇ ਪਏ। ਸੋ 593 ਵੋਟਾਂ ਦਾ ਫਰਕ ਹੈਗਾ ਕਿ ਕਿਤੇ ਫਰਕ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ, ਇਸ ਨੂੰ ਕ੍ਰੋਸ ਵੀ ਕੀਤਾ ਜਾ ਸਕਦਾ। ਪਰ ਸਵਾਲ ਇਹ ਹੈਗਾ ਕਿੰਗਰਾ ਸਾਹਿਬ, 2017 ਦੀ ਚੋਣ ਜਦੋਂ ਹੋਈ ਹੈ ਵਿਧਾਨ ਸਭਾ ਚੋਣ, ਕੈਪਟਨ ਦੇ ਨਾਂ 'ਤੇ ਸਾਰੀ ਚੋਣ ਹੋਈ ਹੈ? ਦੇਖੋ ਮੈਂ ਤੁਹਾਨੂੰ ਜਦੋਂ ਦੋ ਗੱਲਾਂ ਹੁੰਦੀਆਂ ਹੈਗੀਆਂ, ਜਦੋਂ ਕੋਈ ਵੀ ਸੰਸਥਾ ਦੇ ਉੱਤੇ ਭਾਰ ਪੈਂਦਾ ਤਾਂ ਕਿਸੇ ਇੰਡੀਵਿਜੁਅਲ ਨੂੰ ਹੀਰੋ ਬਣਾਇਆ ਜਾਂਦਾ। ਮੇਰੀ ਗੱਲ ਧਿਆਨ ਨਾਲ ਸੁਣਨਾ, ਜਦੋਂ ਭਾਰ ਪੈਂਦਾ ਜਦੋਂ ਸੰਸਥਾ 'ਤੇ, ਉਦੋਂ ਇੰਡੀਵਿਜੁਅਲ ਨੂੰ ਹੀਰੋ ਬਣਾ ਕੇ ਸੰਸਥਾ ਨੂੰ ਅੱਗੇ ਲਿਆਂਦਾ ਜਾਂਦਾ, ਸੰਸਥਾ ਫਿਰ ਵੀ ਭਾਰੂ ਪੈਂਦੀ ਹੈ ਉਹਦੇ ਉੱਤੇ। ਲੇਕਿਨ ਇਸ ਕਰਕੇ ਬੀਜੇਪੀ ਮੰਨ ਕੇ ਚੱਲੇ ਕਿ ਭਾਰ ਪਿਆ ਹੋਇਆ ਬੀਜੇਪੀ ਦੇ ਉੱਤੇ। ਮੈਂ ਨਹੀਂ ਕਹਿੰਦਾ ਕਿ ਮੋਦੀ ਨੂੰ ਅੱਗੇ ਨਹੀਂ ਲਾਉਣਾ ਚਾਹੀਦਾ, ਅੱਜ ਬੀਜੇਪੀ 'ਤੇ ਭਾਰ ਪਿਆ ਹੋਇਆ, ਇਸ ਕਰਕੇ ਮੋਦੀ ਅੱਗੇ ਲਾਇਆ, ਬੀਜੇਪੀ ਨਹੀਂ ਅੱਗੇ ਲੱਗੀ, ਇਹ ਮੰਨਣ ਮੇਰੀ ਗੱਲ। ਸੋ ਇਸ ਕਰਕੇ ਜਦੋਂ ਕਾਂਗਰਸ ਦੀ ਉਸ ਵੇਲੇ ਜਿਹੜੀ ਹੈ ਨਾ ਡਾਊਨਫਾਲ ਬੜਾ ਸੀਗਾ ਸਾਡਾ, 44 ਸੀਟਾਂ ਸਾਡੀਆਂ ਰਹਿ ਗਈਆਂ ਸੀ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ, ਅਸੀਂ ਸਾਡੇ ਕੋਲ ਸੂਬਾ ਨਹੀਂ ਸੀ ਕੋਈ ਰਿਹਾ, ਅਸੀਂ ਇਹ ਸੂਬਾ ਜਿੱਤਣਾ ਸੀਗਾ, ਸਾਡੇ ਕੋਲ ਇੱਕ ਹੀਰੋ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦਾ, ਅਸੀਂ ਉਸ ਕੈਪਟਨ ਕਾਂਗਰਸ ਦੀ ਸਰਕਾਰ ਦੇ ਵਿੱਚ ਉਹਨੂੰ ਅਸੀਂ ਹੀਰੋ ਮੰਨ ਕੇ ਅੱਗੇ ਲੈ ਗਏ। ਅਸੀਂ ਇਹ ਤਾਂ ਨਹੀਂ ਕਿਹਾ ਵੀ ਜਿਹੜੀ ਉਹ ਹੋਏਗੀ ਮੋਦੀ ਸਰਕਾਰ। ਹਰਜੀਤ ਭੁੱਲਰ, ਇੱਕ ਛੋਟਾ ਸਵਾਲ, ਕਾਂਗਰਸ ਸਰਕਾਰ ਨਾਲ ਐਡ ਔਨ ਸਵਾਲ ਲੈ ਲੈਂਦੇ, ਬ੍ਰੈਂਡਿੰਗ ਜਿਹੜੀ ਸੀਗੀ, ਜਿਹੜੀ ਬ੍ਰੈਂਡਿੰਗ 2014 ਵਿੱਚ ਸ਼ੁਰੂ ਹੋਈ ਹੈ, 2019 ਵਿੱਚ ਉਹੀ ਬ੍ਰੈਂਡਿੰਗ ਜਿਹੜੀ ਹੈਗੀ ਹੈ, ਪਾਰਟੀ ਕਿਤੇ ਨਾ ਕਿਤੇ ਇਸ ਬ੍ਰੈਂਡਿੰਗ 'ਚੋਂ ਆਊਟ ਨਜ਼ਰ ਆ ਰਹੀ ਹੈ। ਹਾਂ, ਆਹ ਗੱਲ ਦੇਣ ਜਵਾਬ ਬੀਜੇਪੀ ਵਾਲੇ, ਸਵਾਲ ਇਹ ਹੈ, ਦੇਖੋ ਪਾਰਟੀ ਬਿਲਕੁਲ ਨਾਲ ਖੜੀ ਹੈ ਔਰ ਹਰ ਬੂਥ ਤੱਕ ਸਾਡਾ ਜਿਹੜਾ ਵਰਕਰ ਹੈਗਾ ਉਹ ਨਾਲ ਖੜਾ ਹੈ। ਜਿੱਥੇ ਤੱਕ ਗੱਲ ਕਰ ਰਹੇ ਸੀ ਕਿੰਗਰਾ ਸਾਹਿਬ, ਮੈਂ ਤਾਂ ਬਾਰ-ਬਾਰ ਕਹਿ ਰਿਹਾ ਕਿੰਗਰਾ ਸਾਹਿਬ ਸਾਡਾ ਫਿਕਰ ਕਰਨਾ ਛੱਡਣ, ਆਪਣਾ ਫਿਕਰ ਕਰਨ। ਇਹ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਪਾਰਟੀ ਦੇ ਉੱਤੇ ਅੱਜ ਮੋਦੀ ਦਾ ਜਿਹੜਾ ਭਾਰ ਹੈ, ਉਧਰਲੇ ਪਾਸੇ ਰਾਹੁਲ ਗਾਂਧੀ, ਉਹਦੇ 'ਤੇ ਸਾਰੀ ਪਾਰਟੀ ਦਾ ਭਾਰ ਅੱਜ ਪਿਆ ਹੋਇਆ ਵੀ ਉਹਨੂੰ ਇਹ ਸਾਰੀ ਪਾਰਟੀ ਲੱਗੀ ਹੋਈ ਕੋਸ਼ਿਸ਼ ਕਰਨ ਲਈ ਵੀ ਉਹਨੂੰ ਖੜਾ ਕਰ ਦਈਏ ਕਿਸੇ ਤਰੀਕੇ ਨਾਲ, ਉਹ ਖੜਾ ਨਹੀਂ ਹੋਣ ਦੇ ਲਾਇਕ। ਮਤਲਬ ਸਾਡਾ ਤਾਂ ਲੀਡਰ ਜਿਹੜਾ ਹੈ ਉਹਦੇ ਖੜਾ ਹੈ, ਦਮ ਰੱਖਦਾ ਹੈ ਔਰ ਭਾਰਤੀ ਜਨਤਾ ਪਾਰਟੀ ਦਮ ਰੱਖਦੀ ਹੈ, ਅੱਜ ਸਾਰੀ ਨਾਲ ਖੜੀ ਹੈ, ਨਾ ਤਾਂ ਇਹਨਾਂ ਦਾ ਲੀਡਰ ਖੜਾ, ਨਾ ਇਹਨਾਂ ਦੀ ਪਾਰਟੀ ਖੜੀ ਹੈ। ਆਪਣੀਆਂ ਕਮੀਆਂ ਨੂੰ ਲੁਕਾਉਣ ਵਾਸਤੇ ਦੂਜੇ ਦੇ ਵਿੱਚ ਕਮੀਆਂ ਲੱਭੀ ਜਾਣੀਆਂ, ਇਹ ਇੱਥੋਂ ਦਾ ਰਿਵਾਜ ਹੈ ਔਰ ਕਾਂਗਰਸ ਕੋਲ ਹੋਰ ਬਚਿਆ ਹੀ ਕੁਛ ਨਹੀਂ ਹੈ। ਹਰਜੀਤ ਭੁੱਲਰ, ਕਿੰਗਰਾ ਸਾਹਿਬ ਦੇ ਸਵਾਲ ਨੂੰ ਤੁਸੀਂ ਤਾਂ ਸਾਡੀ ਪ੍ਰਸ਼ੰਸਾ ਕਰਦੇ ਨਹੀਂ ਸਕਦੇ, ਮੇਰਾ ਖਿਆਲ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਹੀ ਕਰੀ ਜਾਏਗਾ। ਸਾਡੀ ਪ੍ਰਸ਼ੰਸਾ ਬਹੁਤ ਕਰਦੇ ਆ, ਤੁਸੀਂ ਸਾਰੇ ਭਾਸ਼ਣ ਰਾਹੁਲ ਗਾਂਧੀ ਨੂੰ ਤੁਹਾਡਾ ਰਾਹੁਲ ਗਾਂਧੀ ਚੁੱਕ ਜੀਏ, ਹਰ ਇਲੈਕਸ਼ਨ ਚ ਉਹਨੂੰ ਤੁਸੀਂ ਪ੍ਰਧਾਨ ਬਣਾ ਕੇ ਰੱਖ ਕੇ ਪੇਸ਼ ਕਰੋ, ਉਹਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾਓ ਤੇ ਸਾਡੀਆਂ ਸਰਕਾਰਾਂ ਆਉਣ। ਭੁੱਲਰ ਸਾਹਿਬ, ਤੁਹਾਡੇ ਪ੍ਰਧਾਨ ਮੰਤਰੀ ਤਾਂ ਸਾਡੇ ਮਹਿਰੂਮ ਸਵਰਗੀ ਪ੍ਰਧਾਨ ਮੰਤਰੀ ਨੂੰ ਛੱਡਿਆ ਕਾਂਗਰਸ ਨੇ। ਮੈਂ ਕਹਿੰਦਾ ਨਹੀਂ ਉਹ ਹਰੇ ਕਰਪਟ ਪ੍ਰਧਾਨ ਮੰਤਰੀ ਕੋਈ ਸੀਗਾ ਹੀ ਨਹੀਂ, ਅਸੀਂ ਤਾਂ ਕਹਿੰਦੇ ਸ਼ਰੇਆਮ ਕਹਿੰਦੇ ਉਹ ਜਾਂ ਕਰਪਟ ਪ੍ਰਧਾਨ ਮੰਤਰੀ ਕੋਈ ਨਹੀਂ ਸੀਗਾ, ਜਿਹਨੇ 1400 ਫੌਜੀ ਮਰਵਾਤਾ ਸ਼੍ਰੀਲੰਕਾ ਦੇ ਵਿੱਚ ਔਰ ਚੋਣ ਹੀ ਕੀਤੀ, ਜਿਹਨੇ 3500 ਸਿੱਖ ਮਰਵਾਤਾ ਚੋਣ ਹੀ ਕੀਤੀ, ਕਮਾਲ ਕਰਦੇ ਤੁਸੀਂ, ਉਹਨੂੰ ਤੁਸੀਂ ਸ਼ਹੀਦ ਕਹਿੰਦੇ ਹੋ, ਅਸੀਂ ਤਾਂ ਨਹੀਂ ਮੰਨਦੇ ਸ਼ਹੀਦ ਉਹਨੂੰ। ਉਸੇ ਪ੍ਰਧਾਨ ਮੰਤਰੀ ਨੇ ਕੀ ਚੀਜ਼ ਨੂੰ ਦਰਦਵੱਲਿਆ, ਨਹੀਂ ਮੰਨਦੇ 4-5 ਪਰਸੋਂ ਹੀ ਦੇਖੇ ਬੈਠੇ ਸ਼ਰਧਾਂਜਲੀ ਮੋਦੀ ਜੀ, ਉਹ ਸਟੇਜ ਤੇ ਕੁਝ ਗਾਲਾਂ ਕੱਢ ਕੇ ਸੀ, ਇੱਥੇ ਸ਼ਰਧਾਂਜਲੀ ਦੇ ਰਹੇ, ਇਹ ਡਬਲ ਫੇਸ ਨਹੀਂ ਚਾਹੀਦਾ ਜੀ ਬਾਜਵਾ, ਇਹ ਇੰਨਾ ਪਿੱਛੇ ਕੋ ਜਾਂਦੀ ਪਈ ਬੀਜੇਪੀ। ਗੱਲ ਇਹ ਜੀ ਕਿ ਵੀ ਕਾਂਗਰਸ ਕੋਲ ਇਹਦਾ ਮਤਲਬ ਅੱਗੇ ਕੁਝ ਹੈ ਨਹੀਂਗਾ ਤਾਂ ਪਿੱਛੇ ਜਾ ਰਹੇ ਇਹ, ਨਹੀਂ ਗੱਲ ਇਹ ਜੀ ਕਿ ਮੌਜੂਦਾ ਹਾਲਾਤ ਦੇ ਵਿੱਚ ਬੀਜੇਪੀ ਦੇ ਕੋਲ ਕੋਈ ਉਪਲਬਧੀਆਂ ਨਹੀਂ। ਜੇ ਆਪਾਂ ਰਾਸ਼ਟਰੀ ਸੁਰੱਖਿਆ ਦੀ ਗੱਲ ਕਰੀਏ ਤਾਂ ਐਤਕੀ ਜਿਹੜਾ ਡਿਫੈਂਸ ਦਾ ਬਜਟ ਹੈ ਉਹ 1962 ਤੋਂ ਬਾਅਦ ਸਭ ਤੋਂ ਜਿਹੜਾ ਘੱਟ ਤੋਂ ਘੱਟ ਬਜਟ ਐਤਕੀ ਇਹਨਾਂ ਨੇ ਪੇਸ਼ ਕੀਤਾ ਔਰ ਪ੍ਰਵਾਨ ਕਰਵਾਇਆ। ਇਹਦਾ ਕੀ ਮਤਲਬ, ਇਸ ਵੇਲੇ ਮੁਲਕ ਦੇ ਉੱਤੇ ਇੰਨੇ ਜ਼ੋਰ ਦੇ ਹਮਲੇ ਆਪਣੇ ਹਮਲੇ ਚੱਲ ਰਹੇ ਨੇ, ਖਤਰੇ ਮੰਡਰਾ ਰਹੇ ਹਰ ਪਾਸੇ ਔਰ ਡਿਫੈਂਸ ਬਜਟ ਇੰਨਾ ਘੱਟ ਹੋਵੇ। ਜਿਹੜੀ ਮਾਊਂਟਨ ਸਟ੍ਰਾਈਕ ਉਹ ਦੋ ਖੜੀ ਕਰਨੀ ਸੀਗੀਆਂ, ਇੱਕ ਤਾਂ ਇਹਨਾਂ ਨੇ ਬਿਲਕੁਲ ਹੀ ਰੱਦ ਕਰਤੀ। ਹਾਂਜੀ, ਔਰ ਮੈਂ ਦੱਸਾਂ ਕਿ ਮਾਊਂਟਨ ਸਟ੍ਰਾਈਕ ਔਰ ਦੇ ਦੋ ਖੜੇ ਕਰਨ ਦੇ ਨਾਲ ਚੀਨ ਦੇ ਉੱਤੇ ਬੜਾ ਵਧੀਆ ਅਸਰ ਪਿਆ ਸੀਗਾ, ਉਹ ਜਿਹੜੇ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਵਾਰਦਾਤਾਂ ਕਰੀ ਜਾ ਰਹੇ ਸੀਗੇ ਉਹ ਤਕਰੀਬਨ ਬੰਦ ਹੋ ਗਈ ਸੀਗੀਆਂ, ਅਤੇ ਇੱਕ ਤਾਂ ਜਿਹੜੀ ਮਾਊਂਟਨ ਸਟ੍ਰਾਈਕ ਔਰ ਬਿਲਕੁਲ ਹੀ ਰੱਦ ਕਰਤੀ, ਦੂਜੀ ਦੇ ਵੀ ਜਿਹੜੀ ਜਿੱਥੇ ਤੱਕ ਖੜੀ ਕੀਤੀ ਸੀ ਉੱਥੇ ਤੱਕ ਸੀਮਿਤ ਕਰਤੀ। ਹਾਂਜੀ, ਅੱਛਾ ਕੋਈ ਨਵਾਂ ਹਥਿਆਰ ਨਹੀਂ ਆਇਆ ਔਰ ਰਫੇਲ ਹਾਲੇ ਤੱਕ ਪਹੁੰਚਿਆ ਨਹੀਂ,
ਹੋਰ ਕੋਈ ਨਵਾਂ ਹਥਿਆਰ ਨਹੀਂ ਆਇਆ। ਜਿਹੜੇ ਪਿਛਲੇ ਕਾਂਗਰਸ ਸਰਕਾਰ ਦੇ ਖਰੀਦੋ ਫਰੋਖ ਕੀਤੀ ਸੀਗੀਆਂ ਉਹ ਇੰਡਕਟ ਕਰੀ ਜਾ ਰਹੇ ਨੇ, ਔਰ ਉਹਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਚੜ੍ਹ ਕੇ ਉਹ ਐਸ ਪੀ ਗੰਨ ਦੇ ਉੱਤੇ ਚੜ੍ਹ ਕੇ ਉਹਦੇ ਉੱਤੇ ਉੱਤੇ ਆਪਣਾ ਉਹ ਗ੍ਰੈਂਡ ਸਟੈਂਡਿੰਗ ਕਰ ਰਿਹਾ ਦਿਖਾਉਣ ਵਾਸਤੇ ਕਿ ਜੀ ਮੈਂ ਕੀਤਾ ਇਹ, ਮੈਂ ਕੀਤਾ, ਮੈਂ ਕੀਤਾ। ਇਹ ਇਸ ਤਰ੍ਹਾਂ ਰਾਸ਼ਟਰੀ ਕੌਮੀ ਸੁਰੱਖਿਆ ਥੋੜ੍ਹਾ ਚੱਲ ਸਕਦੀ ਹੈ, ਔਰ ਕਿਸੇ ਕਿਸੇ ਉਪਲਬਧ ਨਹੀਂ। ਜਿਹੜੀ ਆਪਣਾ ਸਾਬਕਾ ਫੌਜੀ ਨੇ ਸਾਰਿਆਂ ਨੂੰ ਉੱਥੇ ਨਾਰਾਜ਼ ਕੀਤਾ, ਜਿਹੜੇ ਮੌਜੂਦਾ ਫੌਜੀ ਨੇ ਉਹ ਕਿਹੜੇ ਖੁਸ਼ ਨੇ? ਤੁਹਾਡੇ ਕੋਲ ਅਫਸਰ ਤੁਹਾਡੇ ਕੋਲ ਪੂਰੇ ਨਹੀਂ ਹੋ ਰਹੇ। ਅੱਛਾ, ਜਿਹੜੀ ਤੁਹਾਡੀ ਖੁਫੀਆ ਏਜੰਸੀਆਂ ਨੇ ਉਹਨਾਂ 'ਚ ਕੋਈ ਵਾਧਾ ਨਹੀਂ ਹੋਇਆ, ਕੋਈ ਨਵੀਂ ਟੈਕਨੋਲੋਜੀ ਨਹੀਂ ਆਈ, ਜਿਹੜੀ ਜਿਹੜੀ ਤੁਹਾਡੀ ਪੁਲਿਸ ਫੋਰਸ ਹੈ ਉਹਦਾ ਆਧੁਨਿਕਰਨ ਨਹੀਂ ਹੋਇਆ, ਜਿਹੜੀ ਫੌਜ ਹੈ ਉਹ ਜਿਹੜੀ ਕੋਈ ਜਿਹੜੀ ਮੁੱਢਲੀ ਚੀਜ਼ਾਂ ਨੇ ਜਿਸ ਤਰ੍ਹਾਂ ਕਿ ਅਸੋਲਟ ਰਾਈਫਲ ਹੈ ਜਾਂ ਬੁਲਟ ਪਰੂਫ ਜੈਕਟ ਹੈ ਉਹਦੇ ਵਾਸਤੇ ਉਹ ਨਹੀਂ ਮਿਲ ਰਹੀ। ਬਾਈ ਬਾਜੀ, ਇਹ 5 ਸਾਲ ਦੀ ਸਰਕਾਰ ਹੈ, ਤੁਸੀਂ ਸਭ ਕੁਛ ਇਹਨਾਂ ਨੂੰ ਹੀ ਕਹਿ ਦੋਗੇ? ਪਿਛਲੀ ਸਰਕਾਰਾਂ ਨੇ ਕੀ ਕੀਤਾ? ਦੇਖੋ ਸਵਾਲ ਹੈ, ਕਿਉਂਕਿ ਜੇ ਫੌਜ ਦੇ ਹਾਲਾਤ ਹੈਗੇ ਅਮਨ ਦੀ ਬਾਜਵਾ, ਤੁਸੀਂ ਬਹੁਤ ਡਿਫੈਂਸ ਨੂੰ ਚੰਗੀ ਤਰ੍ਹਾਂ ਕਵਰ ਕਰਦੇ ਹੋ। ਆ ਰਹੇ ਪੁਲਿਸ ਸਾਹਿਬ ਅਮਨ ਦੀ ਬਾਜਵਾ ਜੀ, ਇਹ 5 ਸਾਲ ਦੀ ਸਰਕਾਰ ਨੇ ਸਾਰਾ ਕੋਈ ਫੌਜ ਦਾ ਕਰਤਾ ਨਹੀਂ? ਦੇਖੋ ਗੱਲ ਇਹ ਹੈ ਕਿ ਵੀ ਗਲਤੀਆਂ ਤਾਂ ਹੋਈਆਂ ਨੇ, ਮਗਰ ਇੱਕ ਗੱਲ ਹੈ ਕਿ ਵੀ ਇੱਕ ਤਕਰੀਬਨ ਇੱਕ ਸਟੱਡੀ ਦੀ ਚਾਲ ਚੱਲ ਰਿਹਾ ਸੀਗਾ ਸਾਡਾ, ਜਿਹੜਾ ਆਪਣਾ ਰੱਖਿਆ ਦੇ ਆਧੁਨਿਕਰਨ ਵਾਧਾ ਵਗੈਰਾ ਅਤੇ ਵਗੈਰਾ, ਪਰ ਇਹ 5 ਸਾਲਾਂ ਦੇ ਵਿੱਚ ਇਹਨੇ ਕੀਤਾ ਕੱਖ ਨਹੀਂ, ਸਵਾਏ ਛਾਤੀ ਠੋਕ ਕੇ ਜੀ ਕਰਤਾ। ਹੁਣ ਦੇਖੋ ਇੱਕ ਰਾਤ ਦੇ ਵਿੱਚ 5 ਹਮਲੇ ਕਰਕੇ ਅਤੇ ਇਹ ਕਹਿੰਦੇ ਕਿ ਵੀ ਅਸੀਂ ਬਹੁਤ ਵੱਡੇ ਹੀਰੋ ਬਣ ਗਏ, ਅਸੀਂ ਪਾਕਿਸਤਾਨ ਨੂੰ ਰੋਕ ਲਿਆ, ਉਹ ਹਟੇ ਨੇ, ਔਰ ਉਲਟਾ ਤੁਸੀਂ ਜਿਹੜੇ ਆਪਣੇ ਤੁਹਾਡੇ ਮੁਲਕ ਦੇ ਲੋਕ ਨੇ ਉਹਨਾਂ ਨੂੰ ਤੁਸੀਂ ਗੱਦਾਰ ਕਹੀ ਜਾਂਦੇ ਹੋ। ਉਹ ਜਿਹੜਾ ਕੋਈ ਜਿਹੜਾ ਜਰਨੈਲ ਵੀ ਕਹਿ ਦੇਵੇ ਕਿ ਜੀ ਇਹ ਪਹਿਲਾਂ ਹਮਲੇ ਹੋਏ ਨੇ ਕਰ ਰਹੇ, ਉਹਨੂੰ ਤੁਸੀਂ ਗੱਦਾਰ ਕਹੀ ਜਾਂਦੇ ਹੋ? ਇਹ ਇੱਦਾਂ ਆਪਣਾ ਕੌਮੀ ਏਕਤਾ ਹੁੰਦੀ ਹੈ? ਇਹ ਤਾਂ ਜਿਹੜੀ ਕ੍ਰੈਡਿਟ ਲੈਣ ਦੀ ਦੌੜ ਲੱਗੀ ਹੈ ਬਾਇਓ ਸਾਹਿਬ, ਇਹਦਾ ਮਤਲਬ ਇਹ ਹੈ ਕਿ ਦੇਸ਼ ਦੀ ਸੁਰੱਖਿਆ ਖਤਰੇ 'ਚ ਪੈ ਗਈ ਹੈ। ਜੇ ਕ੍ਰੈਡਿਟ ਲੈ ਰਹੀ ਹੈ ਬੀਜੇਪੀ, ਦੇਸ਼ ਦੀ ਸੁਰੱਖਿਆ ਖਤਰੇ 'ਚ ਹੈ ਜਾਂ ਦੇਸ਼ ਦੀ ਸੁਰੱਖਿਆ ਦੇ ਲਈ ਬੀਜੇਪੀ ਨੇ ਕੰਮ ਕੀਤਾ? ਦੋ ਸਵਾਲ ਆ ਰਹੇ ਕਿੰਗਰ ਸਾਹਿਬ ਆ ਰਹੇ, ਜੇ ਕੰਮ ਕੀਤਾ ਹੈ ਤੇ ਉਹ ਅੱਗੇ ਸਾਹਮਣੇ ਪੇਸ਼ ਕਰਨ, ਉਲਟਾ ਵਾਰ ਵਾਰ ਉਹਨਾਂ ਨੇ ਇੱਕੋ ਪ੍ਰਚਾਰ ਕੀਤਾ, ਦੇਸ਼ ਨੂੰ ਜੇ ਸੁਰੱਖਿਅਤ ਹੱਥਾਂ ਵਿੱਚ ਰੱਖਣਾ ਤੇ ਸਾਨੂੰ ਜਿਤਾਓ। ਨਹੀਂ ਦੇਖੋ ਜੀ, ਦੀਨਾਨਗਰ ਤੇ ਹਮਲੇ ਹੋਏ ਆ, ਇਹਨਾਂ ਨੇ ਹਾਲ ਤੱਕ ਨਹੀਂ ਪਤਾ ਕਰ ਸਕੇ ਕਿ ਵੀ ਕਿਹੜੀ BSF ਚੌਂਕੀ ਦੇ ਵਿੱਚੋਂ ਹੋ ਕੇ ਆਏ ਨੇ, ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ। ਪਠਾਨਕੋਟ ਤੇ ਹਮਲੇ ਹੋਏ ਨੇ, ਜਵਾਨ ਸਾਡੇ ਮਾਰੇ ਗਏ ਨੇ, ਔਰ ਪ੍ਰਧਾਨ ਮੰਤਰੀ ਇਹੀ ਕਰ ਸਕੇ ਕਿ ਵੀ ਉਹਨਾਂ ਦੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੂੰ ਸੱਦਾ ਦਿੱਤਾ ਕਿ ਵੀ ਆ ਕੇ ਸਾਡੇ ਜਿਹੜਾ ਸਟ੍ਰੈਟੇਜਿਕ ਸਾਡਾ ਹਵਾਈ ਅੱਡਾ ਉਹਦੀ ਨਿਰੀਖਣ ਕਰੋ। ਘੰਟੇ 12 ਮਹੀਨੇ ਤੁਸੀਂ ਫੌਜ ਖੜੀ ਕਰ ਦਿੱਤੀ, ਉੱਤੇ ਕੋਈ ਕਾਰਵਾਈ ਨਹੀਂ, ਕੁਛ ਨਹੀਂ, ਖਰਚਾ ਕਰਾਤਾ, ਜਵਾਨ ਕਿੰਨੇ ਸੈਂਕੜੇ ਮਾਰੇ ਗਏ ਤੇ ਉਹਦਾ ਨਤੀਜਾ ਕੁਛ ਨਹੀਂ ਨਿਕਲਿਆ। ਸੋ ਠੀਕ ਹੈ, ਗਲਤੀਆਂ ਦੋਨੋਂ ਪਾਸੇ ਹੋਈਆਂ, ਪਰ ਆਹ ਜਿਹੜੇ 5 ਸਾਲ ਦੀ ਆਪਾਂ ਗੱਲ ਕਰੀਏ, 5 ਸਾਲ ਵਿੱਚ ਕੀ ਕੀਤਾ ਵੀ ਇੱਕ ਸਰਕਾਰ ਕਰੇ ਤੇ ਉਹ ਮਾੜਾ ਤੇ ਦੂਜੀ ਸਰਕਾਰ ਉਹੀ ਕੰਮ ਕਰੇ ਤੇ ਬਹੁਤ ਚੰਗਾ। ਤੁਸੀਂ ਦੂਜੀ ਸਰਕਾਰ ਨੂੰ ਕੁਝ ਕਹਿਣ ਨੂੰ ਤਿਆਰ ਨਹੀਂ ਹੈਗੇ? ਨਹੀਂ ਪੁੱਲਰ ਸਾਹਿਬ, ਤੁਹਾਡੇ ਇਲਜ਼ਾਮ ਪਤਾ ਕੀ ਲੱਗਦਾ? ਪੁੱਲਰ ਸਾਹਿਬ, ਤੁਹਾਡੇ ਇਲਜ਼ਾਮ ਇਹ ਲੱਗਦਾ ਕੰਮ ਤੁਸੀਂ ਘੱਟ ਕਰਦੇ ਹੋ, ਪ੍ਰਚਾਰ ਜ਼ਿਆਦਾ ਕਰਦੇ ਹੋ। ਗੱਲ ਇਸ ਤਰ੍ਹਾਂ ਹੈ ਜੀ, ਅਸੀਂ ਕੰਮ ਕਰ ਰਹੇ ਹਾਂ ਤੇ ਪ੍ਰਚਾਰ ਹੋ ਰਿਹਾ, ਅਸੀਂ ਨਹੀਂ ਪ੍ਰਚਾਰ ਕਰ ਰਹੇ, ਲੋਕ ਦੇਖ ਰਹੇ ਨੇ, ਜਿਨ੍ਹਾਂ ਨੇ ਕੰਮ ਹੀ ਨਹੀਂ ਕੀਤਾ ਉਹਨਾਂ ਦਾ ਪ੍ਰਚਾਰ ਕੀ ਹੋਣਾ? ਔਰ ਬਾਜਵਾ ਸਾਹਿਬ ਵਰਗੇ ਲੋਕ, ਇਹਨਾਂ ਦੇ ਨੈਗੇਟਿਵਿਟੀ ਜਿਹੜੀ ਹੈ ਉਹ ਹਮੇਸ਼ਾ ਰਹਿਣੀ ਹੈ ਔਰ ਸਾਨੂੰ ਸਹਿਣ ਕਰਨੀ ਪੈਣੀ ਹੈ। ਬੀਜੇਪੀ ਸਰਕਾਰ ਕੰਮ ਕਰਕੇ ਗਈ ਹੈ, ਜਾਗੋ 5 ਸਾਲ ਚ ਕੀ ਹੋਇਆ ਦੇਖੋ ਜਾ ਕੇ। ਅਜੇ ਵੀ ਤੁਸੀਂ ਕਾਂਗਰਸ ਦੇ ਜਮਾਨੇ ਚ ਬੈਠੇ ਹੋ, ਦੱਸੋ ਮੈਂ ਦੱਸਿਆ ਕਾਂਗਰਸ ਜਮਾਨੇ ਚ ਬੈਠੇ, ਉੱਠੋ ਤੁਸੀਂ, ਚਾਹ ਜੀ ਪੀਓ, ਜਾਗੋ, ਦੱਸੋ ਨਾ ਕਿਹੜੇ ਕਿਹੜੇ ਤਿਆਰ ਬਣੇ ਨੇ, ਅਸੀਂ ਜਾਗ ਨਹੀਂ ਨੇ ਖੁੱਲੀ, ਦੱਸੋ ਤਿਆਰ ਕਿਹੜੇ ਬਣੇ ਨੇ। ਇੱਕ ਮਿੰਟ ਬਾਇਓ ਸਾਹਿਬ, ਬ੍ਰਿਗੇਡੀਅਰ ਕਾਲੋ, ਮੈਂ ਗੱਲ ਕਰਨੀ ਹੈ। ਹਾਂ ਬੋਲੋ। ਆ ਜਿਹੜੀ ਗੱਲ ਹੋ ਰਹੀ ਹੈ ਕਿ ਪੁਰਾਣੇ ਹਥਿਆਰਾਂ ਦੀ ਤੇ ਜਿਹੜੀ ਕਿ ਇਜ਼ਾਫਾ ਹੋਇਆ ਕਿ ਨਹੀਂ ਹੋਇਆ, ਮੈਂ ਗੱਲ ਕਰਨਾ ਚਾਹੁੰਦਾ। ਜਨਰਲ VK ਸਿੰਘ ਜਦੋਂ ਸੈਨਾ ਮੁਖੀ ਸਨ, ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ
कि देश के हथियार देश का साजो समान टैंक गन्ना बड़िया पुरानी हो चुकिया ने सारे याद होएगा। उदू बाद पांच साल सरकार रही तो इतने पार्लीमेंट कमेटी ऑन डिफेंस खंडूरी जो कि एक केंद्रीय मंत्री भी रह चुके ने उत्तराखंड के दो बारी मुख्यमंत्री भी रहे ने उन्होंने रिपोर्ट सबमिट की सी जिदे विच ये कहा गया कि 68% हथियार गोला बरूद पुराना हो चुका वो नमूना MiG-21 किन्ने हादसे हो जा रहे हैं वो शॉर्टेज पूरी करन दी कोशिश हो रही है। मैं अमनदीप जी नाल सहमत हाँ जे अज तिकर हुण पहला ऑर्डर गया 74,000 राइफलां दा पहला ऑर्डर गया एक बेसिक वैपन है गया। मैं सिर्फ BJP नूं नहीं मैं पिछली बारी पिछली सरकार नूं पहलों भी इहदे पिछे ध्यान ही दिता गया। इस वारी बजट की गल हुई है बिल्कुल ठीक है बाढ़ तो बाद 1.47% रह गया हुण के इहदा बजट केवल मगर जे हुण VK सिंह इत्थे हुण उत्थे मंत्री ने तो क्यों नहीं एक्शन लिया उहदे ते हुण सिर्फ राष्ट्रीय सुरक्षा बालाकोट नूं लैके करी जाना कि इस वेले ये राष्ट्रीय सुरक्षा नहीं कि 42 करोड़ आबादी नूं स्वच्छ पानी साफ पानी नहीं मिल रहा। अज भी अद्धे बंदे अद्धी जनता जिहड़ी है कि रात दा रोटी बहुत सारे गरीब ने पेट भर के नहीं मिलती पेट ना पईआं रोटियां तो सब ये गल्लां खोटियां ये सारिया चीज़ा इकोनोमी थले जा रही है सारिया च विकास हो रहा माड़ा मोटा इन्होंने गल की है सर सहज जन की सानू पता है 84 जो असं वलंटियर होकर गए थे। मैं कहना जे किसी ने कंट्रीब्यूट शुरू किया जाके उ देखे वो जॉर्ज फर्नांडिस जो जाके देखे हालात उत्थे तो स्नो स्कूटर भी नहीं संचार मिलने तो उन्हें ब्यूरोक्रेसी भेजा बैठे ने टिंगड़ा साहब बैठे इन्होंने पता होएगा कि जाओ उत्थे जाके देखो। तो इस वास्ते ਇਹ ਸਾਰੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਠੀਕ ਠੀਕ ਦੇ ਸ਼ਹੀਦਾਂ ਦੇ ਬੇਸਿਕਲੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਮੁੱਦਿਆਂ ਦੀ ਰਾਜਨੀਤੀ ਨਹੀਂ ਹੋਈ ਮੁੱਦਿਆਂ ਦੀ ਗੱਲ ਨਹੀਂ ਹੋਈ ਮੁੱਦਿਆਂ ਦੀ ਗੱਲ ਹੀ ਨਹੀਂ ਹੋਈ ਮੁੱਦਿਆਂ ਦੀ ਗੱਲ ਮੁੱਦਿਆਂ ਦੀ ਗੱਲ ਗੱਲ ਸਿਰਫ ਇਹ ਆਪਣੀ ਚਮਕਾਉਣ ਵਾਸਤੇ ਮੋਦੀ ਕੇਂਦਰਿਤ ਰਾਸ਼ਟਰੀ ਸੁਖੇ ਉਹਦੇ ਤੇ ਚੱਲਦਾ ਰਿਹਾ ਕੰਮ ਮੋਦੀ ਕੀ ਕਰੇ ਸਰ ਮੈਂ ਅਰੇ ਤੁਹਾਡੇ ਬੇਰੋਜ਼ਗਾਰੀ ਦਾ ਮੁੱਦਾ ਦੇਖੋ ਕਿੰਨਾ ਵੱਡਾ ਬਹੁਤ ਵੱਡਾ ਮੁੱਦਾ ਸ਼ੁਕਰ ਹੈ ਤੁਸੀਂ ਬੇਰੋਜ਼ਗਾਰੀ ਦੀ ਗੱਲ ਕੀਤੀ ਹੈ। ਹਰਦੀਪ ਸਿੰਘ ਕਿੰਗਰਾ ਬਹੁਤ ਵੱਡੇ ਇਸ਼ੂ ਸੀਗੇ ਮੋਦੀ ਦੇ ਅੱਗੇ ਤੁਹਾਡੇ ਮੁੱਦੇ ਆ ਜਿਹੜੇ ਤੁਸੀਂ ਜਿਹੜੇ ਮੁੱਦੇ ਰੱਖਣੇ ਸੀਗੇ ਬਤੌਰ ਵਿਰੋਧੀ ਧਿਰ ਤੁਸੀਂ ਫੇਲ ਰਹੇ ਹੋ ਤੁਹਾਡਾ ਫੇਲਰ ਹੈ ਇਹ ਹੁਣ ਤੁਸੀਂ ਆ ਰੁਝਾਨ ਜਿਹੜੇ ਆ ਰਹੇ ਉਹਦੇ 'ਚ ਤੁਹਾਡਾ ਫੇਲਰ ਨਜ਼ਰ ਆ ਰਿਹਾ ਮੈਨੂੰ ਨਹੀਂ ਪਤਾ ਨਤੀਜਿਆਂ ਵਿੱਚ ਬਦਲਣਗੇ ਕਿ ਨਹੀਂ ਬਦਲਣਗੇ ਪਰ ਫਿਲਹਾਲ ਤੁਸੀਂ ਫੇਲ ਨਜ਼ਰ ਆ ਰਹੇ ਹੋ ਕਿੰਗਰਾ ਸਾਹਿਬ। ਦੇਖੋ ਇਸ ਤਰ੍ਹਾਂ ਦਾ ਪਹਿਲੀ ਗੱਲ ਤਾਂ ਮੈਂ ਫੌਜ ਦੇ ਸਾਡੀ ਜਿਹੜੀ ਹੈ ਬਹੁਤ ਤਕੜੀ ਹੈ ਮੈਂ ਉਹਦੇ ਹਥਿਆਰਾਂ ਦੇ ਮਾੜੇ ਹਥਿਆਰਾਂ ਬਾਰੇ ਜਾਂ ਚੰਗੇ ਹਥਿਆਰਾਂ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਉਹਦਾ ਰੀਜ਼ਨ ਇਹ ਹੈ ਕਿ ਜੋ ਸਾਡੇ ਕੋਲ ਹਥਿਆਰ ਹੈ ਬਹੁਤ ਵਧੀਆ ਜਿਹਦੇ ਨਾਲ ਅਸੀਂ ਲੜਨਾ ਉਹਨੂੰ ਅਸੀਂ ਕੁੱਟ ਦਿਆਂਗੇ ਡਾਂਗਾਂ ਨਾਲ ਹੀ ਅਸੀਂ ਐਡੀ ਕੋਈ ਗੱਲ ਨਹੀਂ ਹੈਗੀ ਨਾ ਮੈਂ ਮੁੱਦੇ ਦੀ ਗੱਲ ਕਰ ਰਿਹਾ ਹਾਂ ਮੁੱਦੇ ਦੇ ਉੱਤੇ ਜਿਹੜੀ ਗੱਲ ਹੈ ਫੌਜ ਦੇ ਹਥਿਆਰਾਂ ਬਾਰੇ ਸਾਡੇ ਕੋਲ ਬਹੁਤ ਆਧੁਨਿਕ ਹਥਿਆਰ ਨੇ ਕੋਈ ਐਡੀ ਗੱਲ ਨਹੀਂ ਸਾਰੇ ਹਥਿਆਰ ਡਿਸਪਲੇ ਵੀ ਨਹੀਂ ਕੀਤੇ ਜਾਂਦੇ ਇਹ 'ਚ ਕੋਈ ਦੋ ਰਹੇ ਨਹੀਂ ਫੌਜ ਨੂੰ ਪਾਸੇ ਰੱਖੋ ਕਿਉਂਕਿ ਮੈਂ ਨਰਿੰਦਰ ਮੋਦੀ ਨਹੀਂ ਆ ਕਿ ਫੌਜ ਨੂੰ ਅੱਗੇ ਰੱਖ ਕੇ ਗੱਲ ਕਰੂੰਗਾ ਪੋਲੀਟੀਕਲ ਵੀ ਸੋ ਇਸ ਕਰਕੇ ਇਹਨੂੰ ਨਾ ਕਰੋ ਪਰ ਜਿਹੜੇ ਨਤੀਜਿਆਂ ਦੀ ਜਿਹੜੀ ਗੱਲ ਹੈ ਮੈਂ ਤੈਨੂੰ ਹਲੇ ਵੀ ਕਹਿ ਜਾਂਦਾ ਇਟ ਇਜ਼ ਟੂ ਅਰਲੀ ਟੂ ਪ੍ਰੈਡਿਕਟ ਇਹ 10,000 ਮੀਟਰ ਵਾਲੀ ਰੇਸ ਹੈ ਕਈ ਵਾਰੀ ਮੂਹਰੇ ਭੱਜਣ ਵਾਲੇ ਦਾ ਸਾਹ ਚੜ੍ਹ ਜਾਂਦਾ 2 ਕਿਲੋਮੀਟਰ ਬਾਅਦ ਹੀ ਇਹ ਵੇਖੋ ਹਲੇ ਟਿਕ ਕੇ ਵੇਖੋ ਹੈਵ ਦਾ ਪੇਸ਼ੈਂਸ ਟੂ ਹੀਅਰ ਦਾ ਫਾਈਨਲ ਰਿਜ਼ਲਟ ਐਂਡ ਵੀ ਹੈਵ ਦਾ ਫੁੱਲ ਪੇਸ਼ੈਂਸ ਵੀ ਮਸਟ ਸਾਨੂੰ ਬਿਲਕੁਲ ਠਰੰਮੇ ਦੇ ਨਾਲ ਵੇਖਣਾ ਚਾਹੀਦਾ ਰੋਜ਼ਾਨਾ ਤੋਂ ਕੀ ਲੈਣਾ ਤੁਸੀਂ ਭਾਵੇਂ ਪਹਿਲੇ 9 ਚੱਕਰ ਜਿਹੜੇ ਆ ਉਹ ਸਭ ਤੋਂ ਮੂਹਰੇ ਲਾਏ 10ਵੇਂ ਚੱਕਰ ਤੁਹਾਡੇ ਕੜਾਲ ਪੈ ਗਈ ਡਿੱਗ ਪਏ ਤੁਸੀਂ ਖਤਮ ਹੋ ਗਈ ਗੱਲ ਇਹ ਤਾਂ ਕੜਾਲਾਂ ਕਈਆਂ ਦੇ ਪੈਣੀਆਂ ਰਾਹ 'ਚ ਹਲੇ ਤਾਂ ਸ਼ੁਰੂ ਹੋਈ ਹੈ ਦੌੜ ਸੋ ਇਹ ਲੰਬੀ ਦੌੜ ਹੈ ਇਸ ਦੌੜ ਦੇ ਵਿੱਚ ਇਹ ਸਿਰਫ TRP ਵਧਾਉਣ ਵਾਸਤੇ ਹੁੰਦਾ ਹੈ ਸੈਂਸੇਸ਼ਨਲਾਈਜ਼ ਕਰਨ ਵਾਸਤੇ ਹੁੰਦਾ ਹੈਗਾ ਦੁਨੀਆ ਦੇ ਵਿੱਚ ਜੇ ਫਰਜ਼ ਕਰ ਲਓ ਹੁਣ ਦੇ ਰੁਝਾਨਾਂ ਦੇ ਵਿੱਚ 500 ਸੀਟਾਂ ਦੇ ਵੀ ਅੱਗੇ ਹੈ ਹਾਊ ਡਜ਼ ਇਟ ਮੈਟਰ ਜੇ ਸ਼ਾਮ ਨੂੰ 100 ਹੀ ਰਹਿ ਜਾਂਦੀਆਂ ਇਹ ਤਾਂ ਸਿਰਫ ਸੈਂਸੇਸ਼ਨ ਹੈ ਇਹ ਵਿਕਦੀ ਹੈ TV ਦੇ ਉੱਤੇ ਇਸ ਕਰਕੇ ਤੁਸੀਂ ਵੇਚਦੇ ਹੋ ਯੂ ਆਰ ਸੈਲਿੰਗ ਇਟ ਵੈਰੀ ਵੈਲ ਬਿਕੋਜ਼ ਦਾ ਪੀਪਲ ਆਰ ਬਾਇੰਗ ਇਟ ਕਿੰਨੇ ਵਜੇ ਤੱਕ ਇਹ ਗੱਲ ਕਹੋਗੇ ਤੁਸੀਂ ਹਾਂਜੀ ਕਿੰਨੇ ਵਜੇ ਤੱਕ ਜਿੰਨੇ ਵਜੇ ਤੱਕ ਫਾਈਨਲ ਰਿਜ਼ਲਟ ਨਹੀਂ ਆਉਂਦੇ ਉਹ ਤੱਕ ਰਹੀ ਗੱਲ ਕਿਉਂ ਮੇਰੇ 'ਚ ਪੇਸ਼ੈਂਸ ਹੈਗੀ ਹੈ ਫਾਈਨਲ ਰਿਜ਼ਲਟ ਵੇਖਣ ਦੀ ਸੈੱਲ ਹੋ ਰਿਹਾ ਮੈਨੂੰ ਭਾਈ ਮੈਨੂੰ ਫਾਈਨਲ ਰਿਜ਼ਲਟ ਵੇਖਣ ਦੀ ਮੇਰੇ 'ਚ ਪੇਸ਼ੈਂਸ ਹੈਗੀ ਹੈ ਇਹ ਬੜੀ ਛੇਤੀ ਸਟੇਟਮੈਂਟ ਚੇਂਜ ਹੋ ਜਾਣੀ ਹੈ ਹੌਲੀ ਹੌਲੀ EVM ਮਸ਼ੀਨਾਂ ਤੇ ਮੈਂ ਕੋਈ EVM ਮਸ਼ੀਨਾਂ ਤੇ ਨਹੀਂ ਮੈਂ ਜਦੋਂ ਇਹ ਗੱਲ ਕਰਦਾ ਮੈਂ ਇੱਕ ਮਿੰਟ ਕਿੰਗਰਾ ਸਾਹਿਬ ਕਮਿਸ਼ਨ ਤੇ ਆ ਰਹਿਣੀ ਹੈ ਚਲੋ ਕਿੰਗਰਾ ਸਾਹਿਬ ਤੁਹਾਡਾ ਹੱਕ ਬਣਦਾ TV ਤੇ ਵਾਰ-ਵਾਰ ਤੁਸੀਂ ਕਮੈਂਟ ਕਰਦੇ ਹੋ ਮੀਡੀਆ ਤੇ TV ਤੇ ਨਹੀਂ ਕਰਦਾ ਮੇਰਾ ਸਵਾਲ ਹੈ ਕਿੰਗਰਾ ਸਾਹਿਬ ਭਾਈ ਤੁਸੀਂ ਵਪਾਰੀ ਹੋ ਵੇਚਦੇ ਹੋ ਚੀਜ਼ ਲੋਕੀ ਖਰੀਦਦੇ ਹੋ ਚਲੋ ਸਾਰੇ ਵਪਾਰੀ ਨਹੀਂ ਹੁੰਦੇ ਕਿੰਗਰਾ ਸਾਹਿਬ ਸਾਰੇ ਵਪਾਰੀ ਨਹੀਂ ਹੁੰਦੇਗੇ ਨਾ ਸਾਰੇ ਕਾਂਗਰਸੀ ਮਾੜੇ ਆ ਸਾਰਿਆਂ ਨੇ ਨਾ ਸਾਰੇ ਕਾਂਗਰਸੀ ਮਾੜੇ ਆ ਨਾ ਸਾਰੇ BJP ਵਾਲੇ ਮਾੜੇ ਆ ਸਾਰਿਆਂ ਨੇ ਲੰਗਰ ਵੀ ਨਹੀਂ ਲਾਏ ਸਾਰੇ ਵਪਾਰੀ ਨਹੀਂ ਹੈਗੇ 4 ਪੈਸੇ ਬਣਾਉਂਦੇ ਆ ਕਿੰਗਰਾ ਸਾਹਿਬ ਸਾਰੇ ਵਪਾਰੀ ਨਹੀਂ ਹੈਗੇ ਅਸੀਂ ਉਹੀ ਦੱਸਦੇ ਪਏ ਜਿਹਨਾਂ ਦਾ ਵਪਾਰ ਨਹੀਂ ਚੱਲਦਾ ਬੰਦ ਹੋ ਗਿਆ ਉਹਨਾਂ ਦਾ ਬਿਜ਼ਨਸ ਸਨੀ ਦਿਓਲ ਵੀ ਅੱਗੇ ਹੋ ਗਿਆ ਗੁਰਦਾਸਪੁਰ ਤੁਹਾਡੇ ਪ੍ਰਧਾਨ ਸਾਹਿਬ ਪਿੱਛੇ ਚੱਲਦੇ ਪਏ ਉਹਦੇ ਤੇ ਕੀ ਕਮੈਂਟ ਕਰੋਗੇ
देखो मैं तुहानू फिर उही कहना मेरा व्यापार थोड़ी हैगा मेरा तो सारे ते इक्को कमेंट है कि जिहड़ी लंबी दौड़ हुंदी है ये लोग सभा दे इलैक्शन है इहदे विच 11-12 लख वोटां दी गिणती होनी है इहदे विच तुहानू छेती जंप नहीं करना चाहिए कंकलूजन दे उत्ते हर कंस्टीचुएंसी जिहड़ी है वो आपदे आप च नौ कंस्टीचुएंसियां है इस करके वेट करो चलो मैं वेट ही करदा मैं तो इक्को सवाल कीता तुसीं जवाब ही नहीं दिंदे पे मैं सवाल ये कीता सीगा ਮੁੱਦਿਆਂ ਦੀ ਸਿਆਸਤ ਤੁਸੀਂ ਨਹੀਂ ਕਰ ਸਕੇ ਬਤੌਰ ਵਿਰੋਧੀ ਧਿਰ ਤੁਸੀਂ ਫੇਲ ਨਜ਼ਰ ਆ ਰਹੇ ਹੋ ਅਸੀਂ ਮੁੱਦਿਆਂ ਦੀ ਸਿਆਸਤ ਹੀ ਕੀਤੀ ਹੈ ਭਾਰਤ ਦੇ ਵਿੱਚ ਅੱਬਲ ਦਰਜੇ ਦੀ ਗਰੀਬੀ ਨੂੰ ਕੱਢਣ ਵਾਸਤੇ 72,000 ਰੁਪਈਆ ਜਿਹੜਾ ਉਹ ਸਕੀਮ ਲਾਈ ਆ ਉਹ ਇਸ ਕਰਕੇ ਲਾਈ ਹੈ ਐ ਨਹੀਂਗਾ ਵੀ ਭੁੱਖਾ ਮਰਦਾ ਉਹਨੂੰ 1 ਰੋਟੀ ਦੇ ਦਿਓ ਨਾ ਮਰੇ ਤੇ ਨਾ ਜਿਉਵੇਂ 2000 ਰੁਪਈਆ ਪਾ ਦਿਓ ਉਹਦੇ ਅਕਾਊਂਟ 'ਚ ਉਹਦੇ ਨਾਲ ਨਹੀਂ ਗੱਲ ਬਣਨੀਗੀ ਦੋ ਤੁਸੀਂ ਦੱਸੋ 2000 ਤਾਂ ਤੁਹਾਡੀ ਰੋਟੀ ਪਕਾਉਣ ਵਾਲਾ ਨਹੀਂ ਲੈਂਦਾਗਾ ਕਿਉਂ ਜੀ ਗੱਲਾਂ ਕਰਦੇ ਜਿਮੀਦਾਰ 2000 ਦੇ ਕੇ ਤੁਸੀਂ ਕਹਿੰਦੇ ਬਹੁਤ ਕੁਝ ਕਰਤਾ ਉਹਦੇ ਵਾਸਤੇ 72,000 ਪਾਓਗੇ ਉਹਦੇ ਦੇਖਾਂਗੇ ਕੀ ਕੀਤਾ ਗਿਆ ਕਿਸਾਨਾਂ ਨਾਲ ਚਲੋ ਇੱਕ ਅਪਡੇਟ ਦੇ ਦਈਏ ਸਾਰਿਆਂ ਨੂੰ ਹੁਸ਼ਿਆਰਪੁਰ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਹੁਣ ਅੱਗੇ ਹੋ ਗਏ ਨੇ ਸੋਮ ਪ੍ਰਕਾਸ਼ ਪਿੱਛੇ ਚੱਲ ਗਏ ਨੇ 150 ਵੋਟਾਂ ਨਾਲ ਪਹਿਲਾਂ ਸੋਮ ਪ੍ਰਕਾਸ਼ ਅੱਗੇ ਚੱਲ ਰਹੇ ਸੀ ਜਸਵੀਰ ਸਿੰਘ ਡਿੰਪਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਬੀਬੀ ਜਗੀਰ ਕੌਰ ਤੋਂ ਅੱਗੇ ਚੱਲ ਰਹੇ ਨੇ 2801 ਵੋਟਾਂ ਤੋਂ ਇੱਕ ਛੋਟੇ ਬ੍ਰੇਕ ਲਈ ਕਿ ਇੱਥੇ ਰੁਕਣਾ ਪਵੇਗਾ ਬ੍ਰੇਕ ਦੀ ਇੱਕ ਇੰਡੀਕੇਸ਼ਨ ਆਈ ਹੈ ਇੱਕ ਛੋਟਾ ਬ੍ਰੇਕ ਲੈ ਰਿਹਾ ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ